ਨੇ ਹੋ ਬਚਾਏ। ਗੁਰੂ ਨਾਨਕ ਸਿੰਘ ਸੰਤ ਕੋ ਹੱਥ ਜੋੜ ਪ੍ਰਣਾਮ, ਦਾਸ ਕਿਰਪਾ ਤੇ ਵਡਿਆਵੇ ਪਾਵੇ ਗਤ ਬਥਰਾਮ। ਸਿਖਤਾ ਕਰਨ ਤੇ ਮੇਰ ਕੀਏ ਵੇਰੋ ਤੇ ਕਰ ਕੀ, ਸ੍ਰੀ ਗੋਬਿੰਦ ਸਿੰਘ ਨਵੇਂ ਮਨ ਕਬਲ ਦਾਨੇ ਜੀ। ਪੂਰਨ ਦੇਖਿਓ ਆਤਮਾ ਤੈ ਸਰਬ ਨਿਵਾਰ, ਭਏ ਸੰਤ ਮਨ ਸੰਤ ਜੇ ਤਿਨ ਭਗਨ ਮੋਹਮਾਰ। ਹੋਵੇ ਸਿਫਤ ਕਿਸਮ ਦੇ ਨੂਰ ਅਰਸਾ ਕੁਰਸੋ ਝਟਿਆ, ਤੂੰ ਜਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੇ ਕੱਟਿਆ। ਜੇ ਸੁਖ ਤਹਿਨ ਜਬਦ ਘਟਾਵਹੇ, ਸ਼ੁੱਧ ਬਿਨ ਖਾਏ ਰੋਗ ਬਜਾਵਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਸੰਗੀ ਗੁਰੂ ਖਾਲਸਾ ਜੀ, ਭੈਣ ਭਾਈ ਸਾਰੇ ਸੰਗ ਦੇ ਰੂਪ ਵਿੱਚ ਦਿਨ ਦੇ ਪਿਛਲੇ ਪਹਿਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੁਸ਼ੋਭਿਤ ਹਾਂ। ਨਾਲ ਹੀ ਅੰਮ੍ਰਿਤਮਈ ਕੀਰਤਨ ਦਾ ਪ੍ਰਵਾਹ ਗੁਰਮੁਖਾਂ ਦੀ ਰਚਨਾ ਤੋਂ ਚੱਲ ਰਿਹਾ ਸੀ। ਝਰਨਾ ਝਰਦਾ ਨਿਜਣਾ ਗੁਰਮੁਖ ਬਾਣੀ ਕਗੜ ਕਢਾਵੈ, ਗੁਰਮੁਖ ਬਾਣੀ ਦੇ ਆਸਰੇ ਜਿਹੜਾ ਮਨ ਰਾਗ ਦੁਆਸ਼ ਦੀਆਂ ਖੂਬੀਆਂ ਦੇ ਸਹਿਤ ਹੈ, ਇਸ ਨੂੰ ਸਤਸੰਗੀ ਘੜਨ ਵਾਸਤੇ ਗੁਰਮੁਖ ਤਤਪਰ ਹੁੰਦੇ ਹਨ। ਸੋ ਪ੍ਰੇਮੀਓ, ਲਗਾਤਾਰ ਜੋ ਗੁਰੂਆਂ ਦੀ ਕਥਾ ਇਸ ਸਥਾਨ ਦੇ ਉੱਤੇ ਆਪਾਂ ਪੜ੍ਹਦੇ ਸੁਣਦੇ ਹਾਂ, ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਿਆ, ਜਿਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਤੀਸਰੀ ਜੋਤ ਗੁਰੂ ਅਮਰਦਾਸ ਸਾਹਿਬ ਜੀ ਪਾਵਨ ਕਥਾ ਆਰੰਭ ਹੈ, ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕੀਤਾ, ਜਿਸ ਪ੍ਰਕਾਰ ਬਾਬਾ ਬੁੱਢਾ ਜੀ, ਭਾਈ ਪਾਰੋ ਜੀ, ਬੇਅੰਤ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੱਖ ਸਤਿਗੁਰ ਦਰਬਾਰ ਵਿੱਚ ਸੁਸ਼ੋਭਿਤ ਹੁੰਦੇ। ਗੋਬਿੰਦ ਵਾਲ ਗੋਬਿੰਦਪੁਰੀ ਸਮ ਜਲਨ ਤੀਰ ਪਾਸ ਬਣਾਇਓ, ਵੈਰ ਦੁੱਖ ਦੂਰ ਬਰਤਨ ਕਰ ਸੋ ਗੁਰਮੁਖ ਦੇਖ ਗੁਰੂ ਤੂੰ ਪਾਇਓ। ਭੱਲੇ ਅਮਰਦਾਸ ਪੁਰ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਇਸ ਸੱਚੇ ਪਾਤਸ਼ਾਹ ਆਪ ਜੀ ਉਪਮਾ ਮਹਿਮਾ ਆਪ ਨੂੰ ਹੀ ਬਣ ਆਉਂਦੀ ਹੈ। ਐਸੇ ਸਤਿਗੁਰ ਮਹਾਰਾਜ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰੋ, ਅਸੀਂ ਕਲਯੁਗੀ ਜੀਵ ਹਾਂ, ਸਾਖ ਆਪ ਨਿਰੰਕਾਰ ਹੋਂ, ਸਾਕਾਰ ਰੂਪ ਧਾਰ ਕੇ ਆ ਕਲਯੁਗੇ ਜੀਵਾਂ ਨੂੰ ਤਾਰਨ ਵਾਸਤੇ ਸੱਚੇ ਪਾਤਸ਼ਾਹ ਗੋਦਵਾਲ ਸਾਹਿਬ ਦੀ ਰਚਨਾ ਰਚ ਦਿੱਤੀ। ਗੌਰੀ ਸਾਹਿਬ 84 ਪੌੜੀਆਂ ਵਾਲਾ ਜਿਹੜਾ ਵੀ ਗੁਰੂ ਗ੍ਰੰਥ ਵੈਤ ਵਾਲਾ 84 ਪਾਠ ਕਰੇਗਾ, ਇਸ਼ਨਾਨ ਕਰਕੇ ਵਾਰ ਵਾਰ ਸੱਚੇ ਪਾਤਸ਼ਾਹ ਇੱਕ ਪੌੜੀ ਦੇ ਨਾਲ ਜੇ ਲੱਖ ਜੂਨਾਂ ਦੀ ਨਿਵਿਰਤੀ ਹੋ ਜਾਵੇ, ਇੱਧਰ ਸਸਤਾ ਸੌਦਾ ਕਿਆ ਕਿੱਥੇ ਲੱਭੇਗਾ ਖਾਲਸਾ ਜੀ। ਸਿਰੇ ਪੀਂਦੀ ਪ੍ਰੇਮੀਓ, ਐਸੇ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ, ਆਪ ਸੱਚੇ ਪਾਤਸ਼ਾਹ ਗੁਰਸਿੱਖਾਂ ਦੀ ਰਹਿਤ ਵਹਿਤ ਬਾਰੇ ਦੱਸ ਰਹੇ ਹਨ ਕਿ ਕਿਸ ਪ੍ਰਕਾਰ ਗੁਰੂ ਕੇ ਸਿੱਖਾਂ ਨੂੰ ਸਤਸੰਗ ਜੀ ਨਿਰਵਾਹ ਕਰਨਾ ਚਾਹੀਏ, ਧਰਮ ਦੀ ਕਿਰਤ ਕਰਨੀ, ਰਾਣੀ ਸਤਸੰਗ ਜੀ ਗੁਰਮੁਖ ਨਾਮ ਦਾਨ ਇਸ਼ਨਾਨ ਐਸੇ ਨਿਯਮਾਂ ਨੂੰ ਪ੍ਰਪੱਕ ਕਰਨਾ, ਇਹ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ। ਜਿਸ ਪ੍ਰਕਾਰ ਅੱਗੇ ਖਾਲਸਾ ਜੀ ਕਥਾ ਆ ਰਹੀ ਹੈ, ਆਪਾਂ ਬਿਰਤੀਆਂ ਨੂੰ ਕਾਗਰ ਕਹੀਏ, ਇਹ ਸੱਚੇ ਪਾਤਸ਼ਾਹ ਅਸੀਂ ਜਨਮਾਂ ਜਨਮਾਂ ਦੇ ਭਟਕਦੇ ਚਲੇ ਆ ਰਹੇ ਹਾਂ, ਸਾਨੂੰ ਕੋਈ ਬੋਧ ਨਹੀਂ ਹੈ। ਆਪਦੇ ਸੱਚੇ ਪਾਤਸ਼ਾਹ ਗੁਰੂ ਕੇ ਸਿੱਖ ਸੰਗਤਾਂ ਤੋਂ ਬਿਨਾਂ ਸਾਡਾ ਕੋਈ ਵੀ ਆਸਰਾ ਨਹੀਂ। ਸੰਸਾਰ ਦੇ ਅੰਦਰ ਝਾਤੀ ਮਾਰੀਏ, ਕੋਈ ਸਤਸੰਗ ਜੀ ਮੇਰਾ ਧਾਰ ਹੈ, ਵਾਹਿਗੁਰੂ ਕਿਸ ਨੂੰ ਕਹਿੰਦੇ ਹੈ, ਜੋ ਆਪ ਮੇਰਾ ਧਾਰ ਹੋਵੇ ਸਾਰਿਆਂ ਦਾ ਆਸਰਾ ਹੋਵੇ, ਸਾਰਿਆਂ ਦਾ ਅਧਿਸ਼ਠਾਨ ਅਕਾਲ ਪੁਰਖ ਅੰਤਰ ਜਾਂਦੀ ਹੈ, ਉਸ ਉਹੀ ਸਰੂਪ ਸਰਵਣ ਸਰੂਪ ਧਾਰ ਕੇ ਆਪਣਾ ਸਾਰਿਆਂ ਨੂੰ ਲੋਕ ਜਾਂ ਆਸਰਾ ਦੇਣ ਵਾਲੇ ਹਨ। ਕਮਜ਼ੋਰ ਆਦਮੀ ਹਮੇਸ਼ਾ ਆਸਰਾ ਤੱਕਦਾ ਹੈ, ਅਗ੍ਰਸਤੇ ਤਦਿਆਂ ਤੱਕੋ ਜਾ ਕੇ ਜਿੰਨੇ ਲੋਕ ਕੰਮਾਂ 'ਚ ਪ੍ਰਵਿਰਤ ਹੁੰਦੇ ਹੈ ਆਪਣੇ ਇਸ਼ਟ ਨੂੰ ਧੋਂਦੇ, ਭਾਰਤ ਵਰਸ਼ ਦੇ ਅੰਦਰ
ਜਿਤਨੇ ਪੁਰਾਤਨ ਸਨਾਤਨ ਲੋਕ ਹਨ ਸਾਰੇ ਕਲੇਸ਼ ਜੀ ਦਾ ਪੂਜਨ ਕਰਦੇ। ਇਹ ਭਗਵਾਨ ਸਾਡੇ ਕੰਮ ਚ ਕੋਈ ਵਿਘਨ ਨਾ ਪਵੇ, ਲੇਕਿਨ ਖਾਲਸਾ ਅਕਾਲ ਪੁਰਖ ਦੀ ਪ੍ਰਾਰਥਨਾ ਕਰਦਾ। ਬਿਨਾਂ ਅਕਾਲ ਪੁਰਖ ਜੋ ਕਵਨ ਅਰਦਾਸੇ ਸੋਧਾ ਮਹਾਰਾਜ, ਕੋਈ ਵੀ ਵਿਹਾਰ ਹੈ ਹਰ ਵੇਲੇ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਆਸਰਾ ਬਣਿਓ, ਅਸੀਂ ਕਾਮਯਾਬ ਹੋਈਏ। ਆਸਰਾ ਉਹੀ ਆਦਮੀ ਤੱਕਦਾ ਹੈ ਜੇ ਸਭ ਪਾਤਸ਼ਾਹ ਤੁਸੀਂ ਕਮਜ਼ੋਰੀ ਹੈ, ਜੋ ਮਹਾਂਬਲੀ ਹੈ ਉਹ ਅਰਦਾਸ ਆਸਰਾ ਨਹੀਂ ਤੱਕਦਾ। ਮਹਾਂਬਲੀ ਭਾਈ ਸਤਿਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਐਸੇ ਸਤਿਗੁਰਾਂ ਦੀ ਓਟ ਆਪਾਂ ਨਾਮ ਸਜੀਵ ਸਿੱਖ ਬਣ ਕੇ ਸਭ ਤੁਸੀਂ ਯਾਤਰਾ ਕਰ ਰਹੇ ਹਾਂ। ਐਸੇ ਸਤਿਗੁਰੂ ਜੀ ਗੋਦਵਾਲ ਸਾਹਿਬ ਵਿਖੇ ਧੰਨ ਗੁਰੂ ਕੇ ਸਿੱਖ ਹੋਣਗੇ ਜਿਹੜੇ ਸੱਤ ਜੀ ਉਸ ਵੇਲੇ ਐਸੀ ਅੰਮ੍ਰਿਤ ਵੀ ਸਿੱਖਿਆ ਸਤਿਗੁਰੂ ਅਮਰਦਾਸ ਜੀ ਮੁਸਾਲਮੇ ਤੋਂ ਸੁਣ ਕੇ ਆਪਣਾ ਜਨਮ ਕਿਰਤ ਕਿਰਤ ਕੀਤਾ ਜਿਹਨਾਂ ਨੇ। ਅੱਜ ਉਹੀ ਦਸਾ ਸਤਸੰਗ ਜੀ, ਉਹੀ ਉਪਦੇਸ਼, ਉਹੀ ਸਿੱਖਿਆ ਉਸੇ ਤਰ੍ਹਾਂ ਪਰੰਪਰਾ ਤੋਂ ਚਲੀ ਆ ਰਹੀ ਹੈ। ਆਪਣੀ ਵਾਰੀ ਹੈ, ਆਪਾਂ ਗ੍ਰਹਿਣ ਕਰਕੇ ਕਮਾਵਾਂਗੇ ਗੁਰਸਿੱਖੋ, ਆਪਣਾ ਵੀ ਮੁੜ ਕੇ ਆਵਨ ਗਾਵਾ ਗਵਨ ਨਹੀਂ ਹੋਵੇਗਾ। ਸੋ ਆਓ ਬੱਚਿਆਂ ਨੂੰ ਕਾਗਰ ਕਰੀਏ, ਜਿਸ ਪ੍ਰਕਾਰ ਆਪਣੀ ਸਿੱਖਿਆ ਦਿੰਦੇ ਆਪਾਂ ਸੁਣੀਏ। ਮਹਾਰਾਜ ਕਹਿੰਦੇ ਭਾਈ ਜਿਹੜਾ ਬਹੁਤਾ ਘਰਾੜੇ ਮਾਰ ਕੇ ਸੁਣਦਾ ਹੈ ਨਾ, ਉਹ ਆਪਣੀ ਉਮਰ ਘਟਾਉਂਦਾ ਹੈ। ਕੱਲ ਵੀ ਵਿਚਾਰ ਕੀਤੀ ਸੀ, 62 ਚਰਤ 18 ਸੁਪਤ ਚਰਤੇ 30 ਮੈਥਨ ਕਰਤੇ 64 ਚਰਦੇ ਕਿਉਂ ਨਾ ਭਜਿਆ ਜਗਦੀ। ਇਹ ਦੇਖ ਲਿਓ, ਜਾਗਦਾ ਤਾਂ ਗਿਣ ਮਿਣ ਸਕਦਾ, ਸੁੱਤਾ ਦਾ ਨਹੀਂ। ਜਿੰਨਾ ਚਿਰ ਸਤਸੰਗ ਜੀ ਆਪਾਂ ਬੈਠੇ ਹਾਂ, 12 ਸਾਹ ਗਿਣ ਲਿਓ, ਜਿੰਨੇ ਟਾਈਮ 'ਚ 12 ਸਾਹ ਆਉਣਗੇ ਤੁਰਿਆ ਜਾਂਦੇ ਆ, ਉਹਨਾਂ 18 ਆ ਜਾਂਦੇ। ਸੁੱਤਿਆਂ ਪਿਆਂ ਨੂੰ ਉਹਨੇ ਚਿਰ 30। ਮਹਾਰਾਜ ਕਹਿੰਦੇ ਭਾਈ ਜਿਹੜਾ ਬਹੁਤਾ ਸੋਵੇਗਾ ਆਪਣੀ ਉਮਰ ਘਟਾਵੇਗਾ, ਉਹ ਨੁਕਸਾਨ ਹੋਵੇਗਾ। ਜਿਹਦਾ ਸਤਿ ਇੰਨਾ ਨੁਕਸਾਨ, ਜਿੰਨੇ ਇੱਕ ਟਾਈਮ ਵਿੱਚ 12 ਸਾਹ ਹੀ ਖਰਚ ਹੁੰਦੇ ਉੱਥੇ 30 ਖਰਚ ਹੋ ਜਾਣ। ਇੱਥੇ ਜੇ ਕਿਸੇ 2 ਰੁਪਈਏ ਦੀ ਚੀਜ਼ ਹੈ ਨਾ, ਥੋੜ੍ਹੀ ਜਿਹੀ ਮਹਿੰਗੀ ਹੋਵੇ ਢਿੱਡ ਦੁਖਣ ਲੱਗ ਜਾਂਦਾ, ਵੀ ਆਹ ਕੰਮ ਖਰਾਬ ਹੈ, ਮੈਂ ਕਾਹਨੂੰ ਲੈਣੀ ਸੀ। ਇੰਨਾ ਨੁਕਸਾਨ ਖਾਲਸਾ ਜੀ। ਇਸ ਕਰਕੇ ਜਿਹੜਾ ਸੋਨਾ ਹੈ, ਅਲਪ ਹਾਰ ਥੁਰੁਸਤੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀ, ਇਹ 10ਵੇਂ ਪਾਤਸ਼ਾਹ ਦੇ ਮੁਕਾਬਲੇ ਤੋਂ ਬਚਨ ਨੇ, ਜਿਹਨਾਂ ਨੂੰ ਅੱਜ ਬੁਲੇਸ਼ ਖਾਲਸਾ ਕਹਿੰਦਾ, ਪੜ੍ਹੋ ਵੀ ਨਾ ਬਾਣੀ 10ਵੇਂ ਪਾਤਸ਼ਾਹ ਦੀ। ਇਦੋਂ ਵੱਡਾ ਖਾਲਸਾ ਜੀ ਦੁਰਭਾਗ ਪੋਟਾ ਕਿਹਦਾ ਹੋਵੇਗਾ। ਸੋ ਆਪ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ, ਥੋੜ੍ਹਾ ਸਵਾ ਸੋਨਾ ਵੀ ਸਤਸੰਗ ਜੀ ਖਾਵੇ, ਐਸੀ ਭਾਈ ਗੁਰਦਾਸ ਜੀ ਨੇ ਵੀ ਸਿੱਖਿਆ ਦਿੱਤੀ ਹੈ। ਐਵੇਂ ਨਹੀਂ ਸਰ ਤੁਸੀਂ ਸੋਈ ਜਾਣਾ, ਨੀਂਦ ਵੀ ਘੱਟ, ਸੁੱਤਿਆਂ ਪਿਆਂ ਦੀ ਤਾਂ ਸਰ ਤੁਸੀਂ ਸਾਰੀਆਂ 84 ਤੱਕ ਜੂਨਾਂ 'ਚ ਸੁੱਤੇ ਹੀ ਰਹੇ ਹਾਂ ਖਾਲਸਾ ਜੀ। ਜਾਗਤ ਸੋਮਤ ਬਹੁ ਪ੍ਰਕਾਰ, ਜਾਗਣਾ ਅਤੇ ਸੋਣਾ ਬੜਾ ਤਰ੍ਹਾਂ ਤਰ੍ਹਾਂ ਦਾ ਹੈ। ਕਹਿੰਦੇ ਬਈ ਜਿਹੜੇ ਅਨਪੜ੍ਹ ਲੋਕ ਸੀ ਉਹ ਤਾਂ ਸੁੱਤੇ ਹੀ ਪਏ ਸੀ, ਪੜ੍ਹ ਕੇ ਹੀ ਜਾਗੇ ਹਨ, ਲੇਕਿਨ ਜਿਹਨਾਂ ਨੂੰ ਧਾਰਮਿਕ ਬੋਧ ਪ੍ਰਾਪਤ ਹੋਇਆ ਅਸਰ ਤਾਂ ਜਾਗਣਾ ਉਹਨਾਂ ਦਾ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਹੁਰ ਸ਼ਬਦ ਜੀ ਮਨ ਲਾਗਣਾ। ਸਤ ਸੰਗਤ ਜੀ, ਐਸੀ ਸਿੱਖਿਆ ਕੌਣ ਦੇਵੇਗਾ ਗੁਰੂ ਸਾਹਿਬ ਤੋਂ ਬਿਨਾਂ? ਆਪ ਜੀ ਕਹਿੰਦੇ ਆ ਭਾਈ ਥੋੜ੍ਹਾ ਸੋਣਾ ਚਾਹੀਏ, ਔਰ ਭੋਜਨ ਵੀ ਰੱਜ ਕੇ ਨਹੀਂ ਛੱਡਣਾ ਚਾਹੀਏ। ਜੇ 4 ਰੋਟੀਆਂ ਦੀ ਭੁੱਖ ਹੈ ਤਾਂ 3 ਰੋਟੀਆਂ ਖਾਣੀਆਂ ਚਾਹੀਦੀਆਂ। ਸ਼ੁੱਧ ਬਿਨ ਖਾਏ ਰੋਗ ਉਪਜਾਵੇ, ਨਾਲ ਹੀ ਕੀ ਨੁਕਸਾਨ ਹੈ। ਜੇ ਬਹੁਤਾ ਸੋਵੇਗਾ ਤਾਂ ਉਮਰ ਘਟੇਗੀ, ਜੇ ਭੁੱਖ ਤੋਂ ਬਿਨਾਂ ਹੀ ਖਾਈ ਜਾਵੇਗਾ ਸਵਾਦੀ ਬੰਦਾ, ਤਾਂ ਉਹਦੇ ਰੋਗ ਪੈਦਾ ਹੋਣਗੇ। ਭੋਗਾਂ ਤਾਂ ਰੋਗਾਂ, ਜਿੰਨੇ ਪਦਾਰਥ ਭੋਗਾਂਗੇ ਸਿਰ ਚ ਦੇਹ ਵਿੱਚ ਰੋਗ ਪੈਦਾ ਹੋਣਗੇ। ਉਹੇ ਨਾ ਸਤਨਾਮ ਕੋ ਸਿਮਰਨ, ਹਾਂਜੀ ਇਸੇ ਤਰ੍ਹਾਂ ਖਾਲਸਾ ਜੀ, ਹਰੀ ਦਾ ਸੱਚੇ ਨਾਮ ਦਾ ਸਿਮਰਨ ਨਹੀਂ ਹੋ ਸਕੇਗਾ ਜਿਹੜਾ ਬਹੁਤਾ ਸੁਣਦਾ ਹੈ। ਸਾਸ ਸਾਸ ਜਪ ਬਿਸਰਨਾ ਕਿਸੇ ਨਾ, ਜੇ ਕਿਸੇ ਵੀ ਗੁਰਖ ਸਿੱਖ ਨੂੰ ਭੁੱਲਣਾ ਨਹੀਂ ਚਾਹੀਦਾ, ਜਿੰਨਾ ਸਾਸ ਗਰਾਸ ਨਾ ਬਿਸਰੇ। ਹਰ ਨਾਮਾ ਮਨ ਮੰਤ ਤੁਹਾਨੂੰ ਸੇ ਨਾਨਕਾ ਪੂਰਨ ਸੋਈ ਸੰਤ, ਸਵਾਸ ਸਵਾਸ ਗੁਰੂ ਕਾ ਸਿਮਰਨ ਕਰਦਾ ਹੈ ਸਿੱਖ। ਪਰਮੇਸ਼ਰ ਕੋ ਭਾਣੋ ਮਨ ਹੈ, ਨਾਲ ਹੀ ਦੁੱਖ ਸੁੱਖ ਦੇ ਅੰਦਰ, ਸੁੱਖ ਦੇ ਅੰਦਰ ਸ਼ਰਾਬ ਦੇ
ਬੋਤਲਾਂ ਦੇ ਡੱਟਣ ਖੋਲ ਕੇ ਪੀਣੀ ਨਹੀਂ ਹੈ। ਦੁੱਖ ਦੇ ਵਿੱਚ ਸਤਸੰਗ ਜੀ ਕੇਸ ਨਹੀਂ ਵੱਟਣੇ ਹੈ, ਤਾਹਾਂ ਨਹੀਂ ਮਾਰਨੀਆਂ, ਭਾਣਾ ਮੰਨਣਾ ਹੈ। ਨਹੀਂ ਦੋਸ਼ ਪ੍ਰਭ ਮਹਿ ਕਬ ਠਾਣਾ ਹੈ, ਕਦੇ ਭੁੱਲ ਕੇ ਵੀ ਖਾਲਸਾ ਜੀ ਵਾਹਿਗੁਰੂ ਜੀ ਦੋਸ਼ ਨਹੀਂ ਕੱਢਣਾ। ਗੁਰੂਆਂ ਚ ਨਹੀਂ ਕਹਿਣਾ ਕਿ ਗੁਰੂਆਂ ਨੇ ਮੈਨੂੰ ਦੁੱਖ ਦਿੱਤਾ, ਰੱਬ ਨੇ ਮੈਨੂੰ ਦੁੱਖ ਦਿੱਤਾ, ਇਹ ਨਹੀਂ ਕਹਿਣਾ ਹੈ। ਆਸ਼ੋ ਜਾਨ ਮੁਦਤ ਚਿਤਰ ਹੈ, ਆਸ਼ੋ ਜਾਨ ਮੁਦਤ ਚਿਤਰ ਹੈ, ਹਰ ਵੇਲੇ ਚਿੱਤ ਦੇ ਵਿੱਚ ਇਕੱਠੇ ਪੈਰ ਸੱਚ ਨਹੀਂ ਬਾਗੋ ਬਾਗ ਖੁਸ਼ ਰਹਿਣਾ ਚਾਹੀਦਾ ਹੈ। ਤਨ ਹੰਤਾ ਕੋ ਨਿਤ ਪ੍ਰਤਦ ਹੈ, ਨਾਲ ਹੀ ਇੱਕ ਸਰੀਰ ਦੇ ਅੰਦਰ ਬੁਲਾਇਆ ਤਨ ਦੀ ਹੰਗਤਾ, ਇਹਨੂੰ ਸਦਾ ਵਾਸਤੇ ਸਤਸੰਗ ਆਪਾਂ ਨੂੰ ਸਾੜਦੀ ਹੈ, ਇਹਨੂੰ ਨਿਵਰਤ ਕਰੇ। ਕਾਮ ਨਾ ਕ੍ਰੋਧ ਨਾ ਲੋਭ ਨਾ ਧਾਰੈ, ਇਹ ਨਾ ਕਰੇ ਗੁਰੂ ਕਰ ਸਿੱਖ ਸਤਸੰਗ ਜੀ। ਕਾਮ ਕਿਆ ਵਸਤੂ ਹੈ, ਕਾਮ ਕਾਮ ਸਭ ਕੋ ਕਹੇ, ਕਾਮ ਨਾ ਜਾਣੈ ਕੋਏ, ਜਿੱਤੀ ਮਨ ਕੀ ਕਾਮਨਾ ਕਾਮ ਕਾਵੈ ਕੋਏ, ਜਿੰਨੀਆਂ ਕਾਮਨਾ ਨੇ ਕਾਮ ਹੀ ਹੈ ਕਰਤਾ ਜੀ। ਔਰ ਨਾਲ ਹੀ ਕਾਮਨਾ ਤੋਂ ਬਿਨਾਂ ਭਾਣਾ ਮੰਨਣ ਵਾਲਾ ਗੁਰੂ ਕਾ ਸਿੱਖ ਹੈ। ਪਰਮੇਸ਼ਰ ਦੀ ਰਜਾ ਵਿੱਚ ਜੋ ਪਦਾਰਥ ਮਿਲਦਾ ਹੈ ਸੁਤੇ ਸਿੱਧੋ ਉਸਨੂੰ ਸੰਤੋਖ ਦੇ ਤਹਿਤ ਵਰਤਦਾ ਹੈ। ਸੋ ਖਾਲਸਾ ਜੀ, ਕਾਮ ਵਰਗੇ ਐਸੇ ਸਤਸੰਗ ਜੀ ਬੜੇ ਭਾਰੀ ਦੁੱਖ ਨੂੰ ਵਾਸਤੇ ਸੰਪਦਾ ਦੇ ਸੂਰਮੇ ਹਨ। ਨਾਰਦ ਅੱਠੇ ਪੈਰ ਕੀਰਤਨ ਕਰਦਾ ਦੀਨ ਲੈ ਕਰਕੇ, ਲੇਕਿਨ ਉਹਦੇ ਵੀ ਬਾਂਦਰ ਦਾ ਮੂੰਹ ਡਵਾ ਦਿੱਤਾ ਸੀ ਵਾ ਕਾਮ ਨੇ ਕਰਤਾ ਜੀ। ਭਾਵ ਐਸੀ ਹੈ ਕਰਮੂਲ ਕ੍ਰੋਧ ਕਦੰਚ ਕਰਨਾ ਨਾ ਉਪਰਜ, ਅਤੇ ਕ੍ਰੋਧ ਉਦੋਂ ਵੀ ਦੁੱਖ ਰੂਪ ਹੈ ਕਰਤਾ ਜੀ, ਇਹਨਾਂ ਨੂੰ ਗੁਰੂ ਕਾ ਸਿੱਖ ਨਹੀਂ ਧਾਰਦਾ ਹੈ। ਜਥਾ ਲਾਭ ਸੰਤੁਸ਼ਟ ਵਿਚਾਰ ਹੈ, ਨਾਲ ਹੀ ਜਿਸ ਵੇਲੇ ਆਪਾਂ ਪਦਾਰਥਾਂ ਵਿੱਚ ਪ੍ਰਵਿਰਤ ਹੈ ਜਿੰਨਾ ਕੁ ਲਾਭ ਹੋ ਜਾਏ ਨਾ ਉਹਨੇ ਜੀ ਖੁਸ਼ ਰਹੇ, ਨਹੀਂ ਤਾਂ ਕਹਿੰਦਾ ਇੱਦੋਂ ਵੱਧ ਹੁੰਦਾ ਤਾਂ ਚੰਗਾ ਸੀ। ਤਿਰਸਨਾ ਬਿੰਦੇ ਹੀ ਕੀ ਬੁਝੀ ਹੈ, ਕੋਟ ਜੋਰੇ ਦਾਸ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਬੋਲੂਜੀ ਹੈ। ਤ੍ਰਿਸ਼ਨਾ ਜਿਹਨਾਂ ਦੀ ਨਹੀਂ ਨਾ ਬੁਝੀ, ਸਭ ਜੋ ਲੱਟ ਲੱਟ ਅਗਨੀ ਮੱਚਦੀ ਹੈ ਉਹਨਾਂ ਦੇ ਅੰਦਰ, ਹਿਰਦਾ ਸ਼ਾਂਤ ਨਹੀਂ ਹੋ ਸਕਦਾ ਹੈ, ਸਦਾ ਵਾਸਤੇ ਸੰਤੋਖ ਦੇ ਸਹਿਤ ਰਹੇ। ਆਸ਼ੋ ਕਰਮ ਦਿਖਾਏ ਨਾ ਚਾਹੇ, ਆਸ਼ੋ ਕਰਮ ਦਿਖਾਏ ਨਾ ਚਾਹੇ, ਨਾਲ ਹੀ ਚੰਗਾ ਸ਼ੁਭ ਕਰਮ ਕਰਕੇ ਨਾ ਵਡਿਆਈ ਨਾ ਕਰੇ। ਕਈ ਮਹਾਤਰ ਗਿਆਨੀਆਂ ਦਾ ਵੀ ਸੁਭਾਅ ਹੁੰਦਾ ਕਿ ਉਹ ਵੀ ਮੇਰੀ ਕਥਾ ਵਧੀਆ ਸੀ, ਕਿਉਂਕਿ ਮੇਰਾ ਕੀਰਤਨ ਵਧੀਆ ਸੀ, ਦੂਜੇ ਕੋਲੋਂ ਜਲ ਸੁਣ ਕੇ ਮਨ ਨੇ ਖੁਸ਼ ਹੋਣਾ। ਕਦੇ ਵੀ ਆਪਣੀ ਵਡਿਆਈ ਨਾ ਸਤਸੰਗ ਦੀ ਇੱਛਾ ਧਾਰਿਆ, ਵਡਿਆਈ ਕਰਾਉਣ ਨਾਲ ਤੁਹਾਡਾ ਜਪ ਤਪ ਦਾ ਮਾਧਿਅਮ ਘਟਦਾ ਹੈ। ਇਸ ਕਰਕੇ ਗੁਰਸਿੱਖੋ, ਇਹ ਇੱਕ ਵਡਿਆਈ ਦੀ ਇੱਛਾ, ਇੱਕ ਧਨ ਦੀ ਇੱਛਾ, ਜਿੰਨਾ ਚਿਰ ਇਹ ਦੋਨੋਂ ਇੱਛਾ ਨੇ ਸ਼ਾਂਤੀ ਜਾਂ ਸੁਖ ਨਾ ਲਿਓ, ਸ਼ਾਂਤੀ ਨਹੀਂ ਕਦੇ ਆ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਜ ਦੇ ਸਜਾਏ, ਕਿਹਦਾ ਮਾਇਆ ਦਾ ਮੋਹ ਨਹੀਂ ਖਾਲਸਾ ਜੀ ਹੈ, ਉਹਨਾਂ ਚਿਰ ਸਜ਼ਾ ਭੁਗਤਣੀ ਪਵੇਗੀ। ਜੇ ਕਿਸੇ ਨੇ ਛੁੱਟਣਾ ਹੈ ਸਤਸੰਗ ਜੀ, ਮਾਇਆ ਦੇ ਨਾਲ ਮੋਹ ਨਾ ਕਰੇ, ਫਿਰ ਕਿਹੜੇ ਕਿਤੇ ਦੂਰ ਚੱਲੀ ਜਾਂਦੀ ਹੈ, ਫਿਰ ਵੀ ਤੁਹਾਡੇ ਕੋਲੇ ਹੈ। ਆਪਣਾ ਸ਼ੁਭ ਕਰਮ ਸੇਵਾ ਕਰਕੇ ਵਡਿਆਈ ਨਾ ਚਾਹੇ ਕਿ ਮੇਰਾ ਨਾਮ ਬੋਲੋ ਜੀ ਤੁਸੀਂ ਜਾ ਰਹੇ ਹੋ, ਐ ਨੀ ਕਹਿਣਾ ਕਦੇ ਵੀ। ਲਾਭ ਘਟੈ ਪਾਖੰਡ ਸਮਾਹੈ, ਨਾਲ ਹੀ ਹਾਂਜੀ ਲਾਭ ਘਟੈ ਪਾਖੰਡ ਸਮਾਹੈ, ਨਾਲ ਹੀ ਸਤ ਸੰਗਤ ਜੀ, ਜੇ ਲਾਭ ਹੋਵੇ ਜਾਂ ਘਾਟਾ ਪਵੇ ਜਾਂ ਸਤ ਸੰਗਤ ਜੀ ਇਸ਼ਨਾਨ ਤੋਂ ਠੰਡ ਹੁਣ ਕੀ ਨਹਾਉਣਾ ਹੈ, ਨਹੀਂ ਸਤਸੰਗ ਜੀ। ਕਈ ਇਹੋ ਜਿਹੇ ਬਿੰਦੂ ਨੇ ਅੱਖ ਬਚਾ ਕੇ ਕਿਸ਼ਾਰਾ ਗਿੱਧਾ ਕਰਕੇ ਸੁੱਕਣਾ ਪਾ ਦਿੰਦੇ ਨੇ, ਮਤਾ ਨਾ ਆਇਆ ਕਹਿੰਦਾ, ਐਸੇ ਸਾਲ ਨਹੀਂ ਕਦੇ ਵੀ ਕਰੇ। ਤੇ ਇਸ਼ਨਾਨ ਦਾ ਪਤੀ ਕਰੇ, ਵਾਹਿਗੁਰੂ ਦਾ ਨਾਮ ਇਸ਼ਨਾਨ ਜ਼ਰੂਰ ਜਪੇ। ਨਿਤ ਪ੍ਰਤ ਨਹੀਂ ਸੋ ਅਨੁਰਾਗ ਹੈ, ਇਹ ਜਿਹੜਾ ਸਤਿਗੁਰ ਜੀ ਨਿਜਮ ਨੇ ਗੁਰਮਤਿ ਦੇ, ਇਹਨਾਂ ਨਾਲ ਪ੍ਰੇਮ ਕਰੇ ਨਿਤਾ ਪਤੀ। ਹਰ ਗੁਰ ਕੀ ਨਿੰਦਾ ਨਹਿ ਸੁਣੈ, ਹਰੀ ਅਕਾਲ ਪੁਰਖ ਅੰਤਰ ਜਾਮੇ ਜੀ, ਨਾਲ ਹੀ ਗੁਰੂ ਜੀ ਕਦੇ ਨਿੰਦਿਆ ਸੁਣੇ ਨਾ। ਭਾਗ ਹੈ ਤਹਿ ਤੇ ਕਹਿ ਕਿਸ ਹਨੈ, ਹਾਂ ਜਾਂ ਤਾਂ ਉਸਨੂੰ ਜੇ ਵੀਰ ਅਸੀਂ ਸੂਰਮਾ
ਤਾਂ ਤਾਂ ਉਸਨੂੰ ਖਤਮ ਕਰ ਦੇ। ਜਿਹੜਾ ਗੁਰੂ ਕੀ ਨਿੰਦਿਆ ਸੁਣੇ ਨਾ ਕਾਨ, ਗੁਰੂ ਕੀ ਨਿੰਦਿਆ ਨਾ ਕਦੇ ਗੱਲੀ ਸੁਣੇ। ਜਿਹੜਾ ਪਾਂਬਰ ਕਰਦਾ ਹੈ ਉਹਨੂੰ ਗਾਂ ਤਲਵਾਰ ਦੇ ਘਾਟ ਉਤਾਰ ਦੇਵੇ, ਪਰਵਾਹ ਨਾ ਕਰੇ। ਸ਼ਰ ਮਤ ਸਰ ਕ੍ਰਿਸ਼ਨਾ ਕੋ ਤਜ ਕੈ, ਸੁਖ ਪਰ ਲੋਕ ਚਾਹੇ ਕਰ ਸਦਾ ਵਾਸਤੇ ਖਾਲਸਾ ਜੀ। ਆਹ ਸੁਖਾਂ ਦੇ ਉੱਤੇ ਨਾ ਗੁਰੂ ਉੱਡ ਜਾਵੇ, ਪਰ ਲੋਕ ਦੇ ਸੁਖ ਚਾਹੇ। ਜਗ ਸੁਖ ਮਹਿ ਉਰ ਜਹ ਨਹਿ ਕਦਾ, ਸੰਸਾਰ ਦੇ ਖਾਣ ਪੀਣ ਭੋਗਣ ਦੇ ਸੁਖਾਂ ਚ ਨਾ ਉੜਦੇ। ਗੁਰ ਸੇਵਨ ਹਰ ਸਿਮਰਨ ਕਰਨੋ, ਗੁਰੂ ਸਾਹਿਬ ਦਾ ਸਤ ਸੰਗਤ ਜੀ ਉਪਾਸ਼ਨਾ ਕਰਨੀ, ਹਰੀ ਦਾ ਸਿਮਰਨ ਕਰਨਾ ਰੱਖਣਾ ਨਾਲ, ਇਸ ਤੇ ਨੀਕੋ ਅਪਰਨ ਬਰਨੋ। ਅਮਰਦਾਸ ਜੀ ਕਹਿੰਦੇ ਏਦੂ ਵੱਡਾ ਹੋਰ ਕਥਨ ਕੋਈ ਨਹੀਂ। ਹਰੀ ਦਾ ਸਿਮਰਨ ਕਰਨਾ ਮਨ ਕਰਕੇ, ਤਨ ਕਰਕੇ ਸੇਵਾ ਕਰਨੀ। ਸ਼ੁਭ ਮਤ ਇਨ ਕੋ ਤਿਆਗਹਿ ਨਾਹੀ, ਇਹ ਜੋ ਸ੍ਰੇਸ਼ਟ ਸਿੱਖਿਆ ਹੈ ਗੁਰਸਿੱਖੋ, ਇਹਨੂੰ ਕਦੇ ਵੀ ਤਿਆਗਣਾ ਨਹੀਂ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ, ਮਾਨਸ ਦੇਹੀ ਦਾ ਪ੍ਰਯੋਜਨ ਇਹੀ ਹੈ। ਮਿਲਿਓ ਰਹੇ ਸਤ ਸੰਗਤ ਮਾਹੀ, ਕਦੇ ਵੀ ਬਾਹਰ ਨਾ ਨਿਕਲੇ ਸਤ ਸੰਗਤ ਤੋਂ। ਖਾਲਸਾ ਜੀ, ਸਤ ਸੰਗਤ ਕਿਲਾ ਹੈ ਕਾਮ ਕ੍ਰੋਧ ਵੈਰੀਆਂ ਤੋਂ ਬਚਣ ਵਾਸਤੇ, ਹਰ ਵੇਲੇ ਸੰਗਤ ਦੇ ਵਿੱਚ ਮਿਲਿਆ ਰਹੇ। ਗੁਰਬਾਣੀ ਸੋ ਮਨ ਅਨੁਰਾਗ ਕਹੇ, ਔਰ ਹਰ ਵੇਲੇ ਸਤਿ ਗੁਰਬਾਣੀ ਨਾਲ ਮਨ ਪ੍ਰੇਮ ਕਰੇ ਮਨ ਚ। ਪਠਤ ਸੁਨਤ ਜਬ ਮਿੱਠੀ ਲਾਗਹੇ, ਔਰ ਜਦੋਂ ਸਤਿਸੰਗ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਪਿਆਰੀ ਲੱਗੇ, ਤਬ ਜਾਣੇ ਮਮ ਹੋਏ ਕੱਲਿਆ ਨਹੀਂ। ਫਿਰ ਸਮਝ ਲਵੇ ਹੁਣ ਮੇਰੀ ਕਲਿਆਣ ਹੋਊ, ਹੁਣ ਮੈਂ ਛੁੱਟ ਜੂਗਾ ਸਾਰੇ ਪਾਪ ਰੂਪ ਕਰਮਾਂ ਤੋਂ। ਜਿਸ ਵੇਲੇ ਸਤਿਸੰਗ ਜੀ ਉੱਤਮ ਭਾਗ ਜਾਗਦੇ, ਉਦੋਂ ਪਿਆਰੀ ਮਿੱਠੀ ਲੱਗਦੀ ਹੈ ਬਾਣੀ। ਸੁਣ ਗੁਰ ਸ਼ਬਦ ਕਮਾਵਨ ਠਾਨਹੇ, ਨਾਲੀ ਗੁਰੂ ਕੇ ਉਪਦੇਸ਼ ਨੂੰ ਸੁਣ ਕੇ ਸ਼ਬਦ ਦੀ ਕਮਾਈ ਕਰੇ, ਵਾਹਿਗੁਰੂ ਦਾ ਸਿਮਰਨ ਕਰੇ। ਹਿਮ ਗੁਰ ਕਹੀ ਸੁਣੀ ਦੇ ਕਾਨ, ਇਸ ਪ੍ਰਕਾਰ ਗੁਰੂ ਅਮਰਦਾਸ ਜੀ ਨੇ ਜੋ ਸਿੱਖਿਆ ਪਾਵਨ ਬਖਸ਼ੀ ਹੈ ਕਰਦਾ ਜੀ। ਤਾਨੋ ਗੁਰਸਿੱਖ ਜਿਨ੍ਹਾਂ ਨੇ ਸਰੋਤੇ ਬਣ ਕੇ ਇਹ ਸਿੱਖਿਆ ਸੁਣੀ, ਗੁਰ ਸਿੱਖਿਆ ਸਿੱਖਿਆ ਸੁਖ ਦਾਨ, ਐਸੀ ਗੁਰੂ ਕੀ ਸਿੱਖਿਆ ਖਾਲਸਾ ਜੀ। ਅੱਜ ਆਪਾਂ ਨੀ ਕੱਲੇ ਵਿਚਾਰ ਰਹੇ, ਜਦੋਂ ਦੇ ਸਤ ਸੰਗਤ ਜੀ ਗੁਰੂ ਕੇ ਪ੍ਰਗਟ ਹੋਏ ਸੰਸਾਰ ਦੇ ਅੰਦਰ, ਉਦੋਂ ਤੋਂ ਸੈਂਕੜੇ ਸਾਲਾਂ ਤੋਂ ਇਹ ਗੁਰੂ ਕੇ ਸਿੱਖ ਸੰਗਤ ਵਿੱਚ ਇਹੀ ਸਿੱਖਿਆ ਸੁਣਦੇ ਆ ਰਹੇ ਹਨ, ਔਰ ਸੁਣ ਸੁਣ ਕੇ ਪੂਰੇ ਦੇ ਪੂਰ ਹੀ ਮੁਕਤ ਹੋ ਗਏ। ਖਾਲਸਾ ਜੀ ਅੱਜ ਆਪਣੀ ਵਾਰੀ ਹੈ, ਇਸ ਨੂੰ ਧਿਆਨ ਨਾਲ ਸੁਣੇ ਸਿੱਖਿਆ ਨੂੰ। ਧਰੀਰ ਦੇ ਮਹਿ ਜੇਬ ਲਭਾਗੀ, ਜਿਨ੍ਹਾਂ ਨੇ ਹਿਰਦੇ ਚ ਧਾਰਨ ਕੀਤੀ ਹੈ ਵੱਡੇ ਭਾਗਾਂ ਵਾਲੇ ਹਨ। ਸਤਨਾਮ ਜਪ ਵੇ ਲਿਵ ਲਾਗੀ, ਉਹਨਾਂ ਨੂੰ ਕੀ ਮਿਲਿਆ ਹੈ? ਸੱਚਾ ਨਾਮ ਵਾਹਿਗੁਰੂ ਹੈ, ਇਹਨੂੰ ਡਾ ਕੇ ਬਿਰਤੀ ਜੁੜ ਗਈ, ਬ੍ਰਹਮਾਕਾਰ ਬਿਰਤੀ ਹੋ ਗਈ। ਦੋਹਰਾ ਘੱਟ ਘੱਟ ਵਿਆਪਕ ਸਤਿਗੁਰੂ, ਜਿਮ ਆਕਾਸ਼ ਸਭ ਮਾਹੇ, ਗੁਰੂ ਕਿੱਥੇ ਰਹਿੰਦਾ ਹੈ? ਖਾਲਸਾ ਜੀ ਘੱਟ ਘੱਟ ਵਿਆਪਕ ਸਤਿਗੁਰੂ, ਘੱਟ ਘੱਟ ਸਤ ਸੰਗਤ ਜੀ, ਸਭ ਨੇ ਘੱਟੀ ਸਭ ਵਸੇ ਸਭ ਨੇ ਘੱਟਣਾ ਕੋਏ, ਸਾਰਿਆਂ ਦੇ ਹਿਰਦਿਆਂ ਚ ਵਸਦਾ ਹੈ। ਅੱਜ ਜਿਹੜੇ ਸ਼ਰਧਾਲੂ ਨੇ ਖਾਲਸਾ ਜੀ, ਜਦੋਂ ਗੁਰੂ ਸਾਹਿਬ ਦੀ ਕਥਾ ਸੁਣਦੇ ਹੈ, ਇਹ ਦੱਸੋ ਵੀ ਉਹਨਾਂ ਦਾ ਧਿਆਨ ਕੀ ਗੁਰੂ ਅਮਰਦਾਸ ਜੀ ਵੱਲ ਨਹੀਂ ਹੈ? ਜਿੰਨੇ ਆਪਾਂ ਭੈਣ ਭਾਈ ਬੈਠੇ ਹਾਂ, ਇਸ ਕਰਕੇ ਸਾਰਿਆਂ ਦੇ ਹਿਰਦੇ 'ਚ ਗੁਰੂ ਸਾਹਿਬ ਦਾ ਸਤਿਸੰਗ ਜੀ ਧਿਆਨ ਵੱਸ ਰਿਹਾ ਹੈ। ਨਾਲ ਹੀ ਘੱਟ 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 ਵਿਆਪਕ ਸਤਿਗੁਰੂ, ਸਤਿਗੁਰੂ ਭਾਈ ਉਹ ਸਰੂਪ ਹਨ ਜੋ ਘਟਾਂ ਘਟਾਂ 'ਚ ਨਿਰਾਕਾਰ ਹੋ ਕਰਕੇ ਵਰਤ ਰਿਹਾ ਹੈ। ਜਿਵੇਂ ਆਕਾਸ਼ ਸਭ ਮਾਹੇ, ਜਿਵੇਂ ਕੋਈ ਆਕਾਸ਼ ਤੋਂ ਬਾਹਰ ਨਹੀਂ ਨਿਕਲ ਸਕਦਾ ਹੈ। ਜੇ ਕਿਸੇ ਨੂੰ ਕਹਿ ਦੋ ਆਕਾਸ਼ ਤੋਂ ਬਾਹਰ ਨਿਕਲ ਜਾ, ਇਹ ਤਾਂ ਸੁਪਨਾ ਵੀ ਨਾ ਦੇਵੇ। ਇਸੇ ਤਰ੍ਹਾਂ ਵਾਹਿਗੁਰੂ ਦੀ ਕਲਾ ਤੋਂ ਭਾਈ ਬਾਹਰ ਕੋਈ ਨਹੀਂ ਹੈ। ਸਾਰਿਆਂ ਦੇ ਅੰਦਰ ਸਭ ਜੋਤ ਜੋਤ ਹੈ ਸੋਏ, ਤਿਹਦੇ ਚੰਨ ਸਭ ਚੰਨ ਹੋਏ। ਆਪ ਸੱਚੇ ਪਾਤਸ਼ਾਹ ਪ੍ਰਕਾਸ਼ ਰੂਪ, ਸਾਰਿਆਂ ਦਾ ਅਧਿਸ਼ਠਾਨ ਰੂਪ ਆਪ ਹੀ ਹਨ। ਸੋ ਜਾਣਹਿ ਇਸ ਭੇਵ ਕੋ, ਕੌਣ ਭੇਤ ਨੂੰ ਇਸ ਨੂੰ ਜਾਣਦਾ ਹੈ? ਕਿਰਪਾ ਦ੍ਰਿਸ਼ਟ ਹੈ ਜਾਹੇ, ਜਿਨ੍ਹਾਂ ਗੁਰਮੁਖਾਂ ਦੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੈ ਨਾ, ਉਹ ਜਾਣਦੇ ਨੇ ਨੇੜੇ ਨਾ ਹੀ ਦੂਰ। ਨਿਜ ਆਤਮਾ ਰਿਹਾ ਭਰਪੂਰ,
ਇਹ ਰਿਚਾ ਉਹਨਾਂ ਗੁਰਮੁਖਾਂ ਨੂੰ ਹੈ। ਚੌ ਪਈ ਇੱਕ ਦਿਨ ਦੇਗ ਸਥਲ ਗੁਰ ਗਏ। ਗੁਰੂ ਸਾਹਿਬ ਜੀ ਇੱਕ ਦਿਨ ਆਪ ਜੀ ਲੰਗਰ ਚ ਪਧਾਰੇ ਹਨ ਗੁਰੂ ਅਮਰਦਾਸ ਜੀ। ਸਿੱਖ ਸਰਬ ਹੀ ਸੰਗੀ ਭਏ। ਨਾਲ ਆਪ ਦੇ ਨਾਲ ਸਤਸੰਗੀ ਸਿੱਖ ਹਨ। ਲਵਣ ਬਹੀਨ ਓਗਰਾ ਖਾਏ ਵਾ। ਆਪ ਜੀ ਹਮੇਸ਼ਾ ਵਾਸਤੇ ਲੰਗਰ ਚ ਬੈਠ ਕੇ ਸੰਗਤ ਚ ਸਤਸੰਗ ਜੀ ਦਲੀਆ ਛਕਿਆ ਕਰਦੇ, ਪਰ ਲੂਣ ਨਹੀਂ ਸੀ ਪਾਉਂਦੇ, ਅਲੂਣਾ ਦਲੀਆ ਭੋਜਨ ਛਕਦੇ। ਪਾਨੀ ਪਾਨ ਕੀਨ ਤਿਪਤਾਏ ਵਾ। ਢਾਈ ਗ੍ਰਾਹੀਆਂ ਸਤਸੰਗ ਜੀ ਦਲੀਏ ਦੀਆਂ ਅੱਠਾਂ ਪੈਰਾਂ ਬਾਅਦ ਗੁਰੂ ਅਮਰਦਾਸ ਜੀ ਛਕਿਆ ਕਰਦੇ, ਉਸ ਵੇਲੇ ਪਾਣੀ ਛਕਿਆ ਮਗਰੋਂ। ਖੱਟ ਰਸੋ ਆਹਾਰ ਸ਼ਬ ਭਾਂਤੀ। ਲੇਕਿਨ ਲੰਗਰ ਚ ਕੱਲਾ ਦਲੀਆ ਨਹੀਂ ਸੀ ਬਣਦਾ, ਖੱਟ ਰਸ ਭੋਜਨ ਬਹੁਤ ਤਰ੍ਹਾਂ ਦੇ ਸਤਸੰਗ ਜੀ ਸੰਗਤ ਜੀ ਛਕਦੀ। ਸਤ ਸੰਗਤ ਅਚਵਯੋ ਕਰ ਪਾਂਤੀ। ਪੰਗਤਾਂ ਲਾ ਲਾ ਕੇ ਸੰਗਤਾਂ ਬਹੁਤ ਭੋਜਨ ਛਕਦੀਆਂ। ਸੂਖਮ ਓਦਨ ਪਾਏ ਸਕਨੀ। ਬਾਰਪਤੀ ਚੌੜ ਸਤਸੰਗ ਜੀ ਇਹਦੀ ਖੀਰ ਬਣੀ ਹੋਈ। ਸਰਪੀ ਸਿਤਾ ਸਵਾਦ ਸੋ ਸਨੀ। ਨਿਤਰ ਸੋਈ ਤੇਰੀ ਆ ਕਿ ਮੈਦਾ ਖਾਣ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਜੀ ਲੰਗਰ ਸਤਸੰਗ ਜੀ ਬੜੀ ਭਾਰੀ ਖੀਰ ਆਦਿਕ ਬਣਿਆ ਕਰਦੇ, ਗੁਰਬਾਣੀ ਦੀ ਗਵਾਹੀ ਹੈ। ਇਹ ਇਸ ਤਰ੍ਹਾਂ ਦੇ ਪਦਾਰਥ ਬਣਦੇ। ਅਨਕ ਭਾਂਤ ਕੀ ਸੂਪ ਬਣਾਈ। ਅਨੇਕਾਂ ਤਰ੍ਹਾਂ ਦੀ ਰਸੋਈ ਤਿਆਰ ਕੀਤੀ। ਦਾਲ ਮਸਾਲੇ ਸਵਾਦ ਰਸਾਈ। ਸਾਰੇ ਮਸਾਲੇ ਪਾ ਕਰਕੇ ਜਿਹੜਾ ਰਸਤਾ ਇੱਕ ਸਵਾਦ ਸੀ ਜਿਸ ਭੋਜਨ ਚ। ਗੋਦਮ ਚੂਨ ਸੋ ਫੁਲਕਾ ਕਰੇ। ਬਹੁਤ ਹੀ ਸਤਸੰਗ ਜੀ ਆਟਾ ਕਣਕ ਦਾ ਉਹਦੇ ਨਾਲ ਫੁਲਕੇ ਬਣਾਏ। ਮ੍ਰਿਦਲ ਪਾਤਲੇ ਬਹੁ ਕਰ ਧਰੈ। ਪਕਾ ਪਕਾ ਕੇ ਸੰਸੰਗ ਜੀ ਬਦਲੇ ਫੁਲਕੇ ਰੱਖਦੇ ਨੇ ਗੁਰੂ ਕੇ ਸਿੱਖ ਸਾਂਭ ਕੇ। ਇਤਿਆਦਿਕ ਸ਼ੁਭ ਹੋਤ ਆਹਾਰਾ। ਇਤਿਆਦਿਕ ਬਹੁਤ ਹੀ ਤਰ੍ਹਾਂ ਤਰ੍ਹਾਂ ਦਾ ਭੋਜਨ ਗੁਰੂ ਘਰ ਬਣ ਕੇ ਤਿਆਰ ਹੁੰਦਾ ਸਿੱਖਾਂ ਲਈ। ਸਿੱਖ ਕਰ ਬੁੱਢੇ ਬਾਗ ਉਚਾਰਾ। ਬਾਬਾ ਬੁੱਢਾ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਹੇ ਗੁਰੂ ਅਮਰਦਾਸ ਜੀ ਸ੍ਰੀ ਸਤਿਗੁਰ ਜੀ ਪਰਮ ਕਿਰਪਾਲ। ਆਪ ਤੋਂ ਬਹੁਤ ਹੀ ਵੱਡੇ ਕਿਰਪਾਲੂ ਹੋ ਸੱਚੇ ਪਾਤਸ਼ਾਹ, ਇੱਥੇ ਦੇ ਵੀ ਰੱਖ ਅੰਗ ਸੰਗ ਹੋ। ਜਦੋਂ ਸਰੀਰ ਸਾਡੇ ਕੋਲ ਨਹੀਂ ਹੋਊਗਾ ਨਾ, ਉਦੋਂ ਵੀ ਤੁਸੀਂ ਸਾਡੇ ਅੰਗ ਸੰਗ ਹੋਵੋਗੇ। ਜਦੋਂ ਗਰਭ ਚ ਪੁੱਠੇ ਲਟਕਦੇ ਸੀ ਉਦੋਂ ਵੀ ਸਾਡੇ ਅੰਗ ਸੰਗ ਸੀ ਮਹਾਰਾਜ, ਕਿਰਪਾ ਦੇ ਸੀ ਕਰੋ। ਬਾਬਾ ਬੁੱਢਾ ਜੀ ਕਹਿੰਦੇ ਬਹੁਤ ਆਹਾਰ ਅਨੇਕ ਰਸਾਲ। ਆ ਦੇਖੋ ਆਪ ਜੀ ਦਾ ਲੰਗਰ ਰਸਤਾ ਹਰੇਕ ਤਰ੍ਹਾਂ ਦਾ ਭੋਜਨ ਬਣਦਾ ਹੈ। ਸੋ ਸਭ ਸੰਗਤ ਅਚੈ ਸਚੀਨ। ਪਛਾਣ ਲਿਆ ਮਹਾਰਾਜ, ਦੇਖ ਲੋ ਸਾਰੀ ਸੰਗਤ ਛਕਦੀ ਹੈ। ਆਪ ਓਗਰਾ ਲਵਣ ਬਹੀਨ। ਆਪ ਜੀ ਮਹਾਰਾਜ ਢਾਈ ਗ੍ਰਾਹੀਆਂ ਦੜੇ ਦੀ ਦੜੀਏ ਦੀਆਂ, ਉਹ ਵੀ ਬਿਨਾਂ ਲੂਣ ਤੋਂ। ਇਹ ਸਿੱਖਿਆ ਕੇ ਉਚਿਤ ਨਾ ਕੋਈ। ਮਹਾਰਾਜ ਸਾਨੂੰ ਫਿਰ ਤਰਕਾਰ ਹੈ, ਤੁਸੀਂ ਤਾਂ ਛਕੋ ਲੂਣਾ ਦਲੀਆ, ਅਸੀਂ ਸੋਹਣੇ ਸੋਹਣੇ ਪਦਾਰਥ ਛਕੀਏ, ਇਹ ਸਿੱਖਾਂ ਦਾ ਅਧਿਕਾਰ ਨਹੀਂ। ਤੁਮ ਬਿਨ ਅਜਿਹੇ ਸਵਾਦ ਰਸ ਭੋਈ। ਅਸੀਂ ਮਹਾਰਾਜ ਪਦਾਰਥਾਂ ਦੇ ਰਸ ਵਿੱਚ ਸਾਨੂੰ ਫਸਾਈ ਜਾਂਦੇ ਹੋ, ਜਿਹੜਾ ਨਾਮ ਰਸ ਆਪ ਨੂੰ ਉਹਦਾ ਸਾਨੂੰ ਵੀ ਬਖਸ਼ਦੇ ਹੋ। ਜਸ ਤੁਮ ਅਚਹੋ ਚਾਹੇ ਕਰ ਚਿਤ ਮੈਂ। ਜਦੋਂ ਮਹਾਰਾਜ ਤੁਸੀਂ ਚੰਗੀ ਤਰ੍ਹਾਂ ਇੱਛਾ ਧਾਰ ਕੇ ਛਕੋਗੇ। ਸੋ ਸਿੱਖ ਅਜਿਹੇ ਰੀਤ ਇਹ ਹਿਤ ਮੈਂ। ਇਹ ਧਾਰੀ ਰੀਤੀ ਸਾਡੀ ਪ੍ਰੇਮ ਦੀ, ਪਹਿਲਾਂ ਤੁਸੀਂ ਛਕੋ ਸਾਰੇ ਪਦਾਰਥ, ਫਿਰ ਸਿੱਖ ਛਕਣ। ਤੁਮਰੇ ਬਿਨਾਂ ਖਾਹੇ ਨਹਿ ਨੀਕੇ। ਅਸੀਂ ਮਹਾਰਾਜ ਸੋਹਣੇ ਪਦਾਰਥ ਤੁਹਾਡੇ ਤੋਂ ਬਿਨਾਂ ਨਹੀਂ ਛਕਣਾ ਚਾਹੁੰਦੇ। ਏਵ ਮਨੋਰਥ ਹੈ ਮਮ ਹੀ ਕੇ। ਇਹ ਸਾਰੇ ਸਿੱਖਾਂ ਪ੍ਰੇਮੀਆਂ ਦਾ ਸੰਕਲਪ ਹੈ, ਇੱਛਾ ਹੈ, ਆਸਾ ਹੈ ਕਿ ਮਹਾਰਾਜ ਪਹਿਲਾਂ ਭੋਜਨ ਤੁਸੀਂ ਛਕਿਆ ਕਰੋ ਥਾਲ ਚ ਪਾ ਕੇ, ਫਿਰ ਅਸੀਂ ਛਕਾਂਗੇ। ਬਹੁਤ ਦਿਨ ਕੋ ਮੈਂ ਚਾਹਤ ਰਹਿਓ। ਬਾਬਾ ਬੁੱਢਾ ਜੀ ਕਹਿੰਦੇ ਜੀ ਮੈਂ ਬਹੁਤ ਤਰ੍ਹਾਂ ਦੇ ਇੱਛਾ ਧਾਰਦਾ ਸੀ ਕਿ ਮੈਂ ਮਹਾਰਾਜ ਨੂੰ ਬੇਨਤੀ ਕਰਾਂ। ਅੱਜ ਸੁਣਾਇਓ ਅਵਸਰ ਲਹਿਓ। ਅੱਜ ਮਹਾਰਾਜ ਨੂੰ ਸਮਾਂ ਆਇਆ ਹੈ ਤੁਹਾਨੂੰ ਬੇਨਤੀ ਕਰਨ ਦਾ। ਸੁਣ ਪ੍ਰਸੰਨ ਬੁੱਢੇ ਪਰ ਭਏ। ਜਿਸ ਵੇਲੇ ਸਤਸੰਗ ਜੀ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸਤਿਗੁਰ ਅਮਰਦਾਸ ਜੀ ਬੜੇ ਖੁਸ਼ ਹੋਏ। ਇਸ ਪ੍ਰਕਾਰ ਕੋ ਉੱਤਰ ਦਏ। ਇਸ ਪ੍ਰਕਾਰ ਉੱਤਰ ਦਿੱਤਾ ਆਪ ਜੀ ਨੇ। ਗੁਰਮੁਖ ਸੰਗਤ ਅਰ ਮਮ ਮਾਹੀ। ਇਹ ਗੁਰਸਿੱਖੋ ਗੁਰੂ ਅਮਰਦਾਸ ਜੀ ਕਹਿੰਦੇ ਗੁਰਮੁਖ ਗੁਰੂ ਕੇ ਸਿੱਖ ਨੇ ਨਾ ਸੰਗਤ ਦੇ ਵਿੱਚ। ਭੇਦ ਦੁਹਨ ਮੈਂ ਜਾਣੋ ਨਾਹੀ। ਤੂੰ ਭੇਦਵਾਦ ਨਾ ਸਮਝੋ, ਗੁਰੂ ਤੇ ਗੁਰੂ ਕੇ ਸਿੱਖਾਂ ਚ ਕਦੇ ਫਰਕ ਨਹੀਂ ਸਮਝਣਾ। ਮੈਂ ਸੰਗਤ ਕੇ ਸੰਗ ਅਭੇਦ। ਅਸੀਂ ਤਾਂ ਸੰਗਤ ਦੇ ਵਿੱਚ ਮਿਲੇ ਹੋਏ ਹਾਂ, ਜਿਹੜੇ ਗੁਰੂ ਕੇ ਸਿੱਖ ਰਹਿਤ ਵਹਿਤ ਵਾਲੇ ਸਿਮਰਨ ਭਜਨ ਕਰਦੇ ਹਾਂ, ਅਸੀਂ ਉਹਨਾਂ ਦੇ ਹਿਰਦੇ ਚ ਵਸਦੇ ਹਾਂ,
ਅਸੀਂ ਉਹਨਾਂ ਤੋਂ ਦੂਰ ਨਹੀਂ ਹਾਂ। ਸੁਖ ਤੇ ਸੁਖੀ, ਖੇਦ ਤੇ ਖੇਦ, ਜੇ ਗੁਰਸਿੱਖਾਂ ਨੂੰ ਕੋਈ ਦੁੱਖ ਮਹਿਸੂਸ ਹੋਵੇ ਸੰਸਾਰ ਦਾ, ਅਸੀਂ ਵੀ ਦੁਖੀ ਹੁੰਦੇ ਹਾਂ। ਜੇ ਗੁਰੂ ਕੇ ਸਿੱਖ ਖੁਸ਼ ਰਹਿੰਦੇ ਹੈ ਤਾਂ ਅਸੀਂ ਵੀ ਪ੍ਰਸੰਨ ਰਹਿੰਦੇ ਹਾਂ। ਜੋ ਸੰਗਤ ਰਚ ਕਰਤ ਅਹਾਰਾ, ਗੁਰੂ ਤੁਸ਼ਟਾ ਸਰਵ ਤੁਸ਼ਟਾ, ਗੁਰੂ ਰੁਸ਼ਟਾ ਦੇਵ ਰੁਸ਼ਟਾ, ਸਾਰੇ ਦੇਵਤੇ ਸਾਡੇ ਦੇ ਕਰੋਪ ਹੋ ਜਾਣਗੇ ਜੇ ਗੁਰੂ ਦੀ ਕਰੋਪੀ ਕਰਾਂਗੇ। ਦੇਖਣ ਗੁਰੂ ਤਾਂ ਭਾਈ ਸਦਾ ਕਿਰਪਾਲੂ ਹੈ, ਪੜੋ ਪੰਕਤੀ ਇਹੀ। ਜੋ ਸੰਗਤ ਰੁਚ ਕਰਤ ਅਹਾਰਾ, ਭਾਈ ਬੁੱਢਾ ਜੀ ਮਹਾਰਾਜ ਕਹਿੰਦੇ ਜਿਹੜੀ ਰੁਚੀ ਦੇ ਨਾਲ ਸੰਗਤ ਭੋਜਨ ਸਕਦੀ ਹੈ, ਸੋ ਮੁਝ ਪਹੁੰਚੇ ਸਵਾਦ ਲਸਾਰਾ, ਉਹ ਸਾਰੇ ਜਿਤਨੇ ਭੋਜਨ ਸੰਗਤ ਸਕਦੀ ਹੈ ਉਹ ਸਾਡੇ ਮੁੱਖ ਵਿੱਚ ਆ ਜਾਂਦੇ ਹੈ। ਕਰਤੇ ਚੁਰਾ ਬਚਨ ਇਮ ਕਹੇ, ਹਾਂਜੀ ਇਸ ਤਰ੍ਹਾਂ ਮਹਾਰਾਜ ਨੇ ਬਚਨ ਕਹੇ, ਦੇਖੋ ਮੁਖ ਮੇਰੇ ਮਹਿ ਹੈ। ਜੇ ਬਾਬਾ ਬੁੱਢਾ ਜੀ ਤੁਹਾਨੂੰ ਨਹੀਂ ਲੇਚਾ ਹੈ, ਮਹਾਰਾਜ ਨੇ ਸਤਸੰਗ ਜੀ ਆਪਣਾ ਮੁੱਖ ਅੱਡਿਆ, ਕਹਿੰਦੇ ਦੇਖ ਤਾਂ ਭਾਈ ਬੁੱਢਾ ਜੀ ਜਿਤਨੇ ਸੰਗਤ ਚ ਪਦਾਰਥ ਹਨ ਉਹ ਸਾਰੇ ਪਦਾਰਥਾਂ ਦੇ ਕਿਣਕੇ ਸਾਡੇ ਮੁੱਖ ਚ ਹੈ ਕਿ ਨਹੀਂ, ਸਾਰੇ ਕੱਢ ਕੇ ਦਿਖਾ ਦਿੱਤੇ। ਕਰਕੇ ਚੜਾ ਦਿਖਾਵਨ ਕੀਨਾ, ਜੇ ਚੂੜਾ ਕੀਤਾ ਮਹਾਰਾਜ ਨੇ ਸਾਰੇ ਕਿਣਕੇ ਉਸੇ ਭੋਜਨਾਂ ਦੇ ਨਿਕਲੇ। ਸਕਲ ਅਸਨ ਕੰਨ ਤਿਸ ਮਹਿਨਾ, ਕੋਈ ਵੀ ਸਤਸੰਗਤ ਜੀ ਐਸਾ ਭੋਜਨ ਨਹੀਂ ਸੀ ਜਿਹੜਾ ਕਿਣਕਾ ਨਾ ਨਿਕਲੇ ਮਹਾਰਾਜ ਮੁਖ ਚੋਂ। ਪਾਇਸ ਆਦਿਕ ਦੇਖਣ ਕਰੇ, ਆ ਕੇ ਚੰਗੀ ਤਰ੍ਹਾਂ ਜੋ ਦੇਖਣਾ ਕੀਤੇ, ਸਭ ਮਹਿ ਗੁਰੂ ਰੂਪ ਨਿਜ ਧਰੇ, ਸਭ ਮਹਿ ਗੁਰੂ ਰੂਪ ਨਿਜ ਧਰੇ। ਨਿਚ ਆ ਗਿਆ ਕਿ ਗੁਰੂ ਤਾਂ ਭਾਈ ਸਾਰਿਆਂ ਦੇ ਹਿਰਦੇ ਚ ਹੈ, ਇਹ ਨਿਚ ਆਇਆ ਜਾਏ ਸ਼ਰਦ ਅੰਤਰ ਜੋ ਤੀਰ ਪੁਰਸ਼ਾ, ਗੁਰਮੁਖਾਂ ਦੀ ਵਿਰਤੀ ਇਹ ਹੈ। ਆਪ ਅਚਾਵਹਿ ਅਚਵਹਿ ਆਪੇ, ਆਪ ਹੀ ਮਹਾਰਾਜ ਛਕਾਉਣ ਵਾਲੇ ਤੇ ਛਕਣ ਵਾਲਾ ਵੀ ਆਪ ਹੋ। ਆਪੇ ਸਭ ਘੱਟ ਥਾਪ ਉਥਾਪੇ, ਆਪ ਹੀ ਮਹਾਰਾਜ ਪਟਣ ਪੜਨੋਂ ਕਰਨ ਵਾਲੇ ਹੋ, ਆਪ ਹੀ ਸੇਤੀ ਨੂੰ ਰਚਣ ਵਾਲੇ ਹੋ, ਆਪ ਹੀ ਮਹਾਰਾਜ ਭੁੱਲਿਆ ਹਨ ਰਸਤੇ ਪਾਉਣ ਵਾਲੇ ਹੋ। ਆਪੇ ਧਰਤੀ ਆਪੇ ਹੈ ਰਾਹਤ, ਆਪ ਜਮਾਏ ਪਿਸ਼ਾਬ ਹੈ, ਆਪ ਪਕਾਵੇ ਆਪ ਭਾਂਡੇ ਦੇ ਪਰੋਸੇ, ਆਪੇ ਹੀ ਵਹਿ ਖਾਵੇ, ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ, ਆਪੇ ਜਦ ਆਪੇ ਦੇ ਸਿੰਘਾ, ਆਪੇ ਚੁਣੀ ਭਰਾਵੇ, ਜਿਸ ਨੂੰ ਕਿਰਪਾਲ ਹੋਏ ਭਰਾ ਆਪੇ ਤਿਸ ਨੂੰ ਹੁਕਮ ਮਨਾਵੇ। ਜਿਹਦੇ 'ਤੇ ਵਾਹਿਗੁਰੂ ਕਿਰਪਾਲੂ ਹੁੰਦਾ ਉਹਨੂੰ ਆਹ ਯੁਗਤੀ ਦੱਸਦਾ ਖਾਲਸਾ ਜੀ ਭੋਜਨ ਛਕਣ ਦੀ। ਕਦ ਵੀ ਵਿਚਾਰ ਆਇਆ ਸੀ ਵਾਲਮੀਕ ਨੇ ਯੁਗਤੀ ਦੇ ਨਾਲ ਭੋਜਨ ਛਕਿਆ, ਪਾਂਡਵਾਂ ਦਾ ਜਗ ਸਫਲਾ ਹੋ ਗਿਆ। ਜਿਨ੍ਹਾਂ ਨੇ ਸਤਸੰਗ ਜੀ ਲਾਲਚੀ ਲੋਕ ਸੀ, ਘੜੱਪ ਘੜੱਪ ਛਕਣ ਵਾਲੇ ਬ੍ਰਹਮਣ ਲੋਕ, ਸਤਸੰਗ ਜੀ ਸੰਖੀ ਨੇ ਵਜਿਆ। ਲੇਕਿਨ ਗੁਰਮਤ ਦੇ ਅਨੁਕੂਲ ਖਾਨਣਾ ਵੀ ਸਤਸੰਗ ਜੀ ਰਹਿਤ ਵੈਦ ਦੇ ਅੰਦਰ ਹੈ, ਪਹਿਨਣਾ ਵੀ ਹੈ, ਪਹਿਨਣਾ ਰੱਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ ਸੀ ਬਣਾ, ਖਾਵਣਾ ਜਿੱਥੇ ਮਨ ਆ ਗਿਆ ਵੈ ਸੰਤੋਖ ਸਦਾ ਤਰਤੀ ਬਣਾ। ਖਾਣਾ ਵੀ ਸਵਾਦ ਦਾ ਤਾਂ ਹੈ ਜੇ ਸੱਚ ਨਹੀਂ ਮਨ ਰੱਜ ਜੇ, ਸਾਰੀ ਜ਼ਿੰਦਗੀ ਖਾਂਦਿਆਂ ਖਾਂਦਿਆਂ ਮੋਹ ਘਟਾ, ਪਹਿਨਦਿਆਂ ਸਭ ਅੰਗ ਨਾਨਕ ਤ੍ਰਿਖ ਦਿਨਾਂ ਦਾ ਜੀਵ ਆ, ਜਿਨ ਸੱਚ ਨਾ ਨਗੋ ਰੰਗ। ਇਸ ਕਰਕੇ ਭੋਜਨ ਛਕਣ ਵਿੱਚ ਵੀ ਭਜਨ ਦੀ ਸਤਸੰਗ ਜੀ ਯੁਗਤੀ ਹੈ। ਸੋ ਆਪ ਜੀ ਦੱਸ ਰਹੇ ਨੇ ਸਗਰੀ ਅੰਨ ਅੰਸ਼ ਦਿਖਰਾਈ, ਸਾਰੇ ਗੁਰਸਿੱਖਾਂ ਨੂੰ ਜਿੰਨਾ ਅੰਨ ਪੱਕਿਆ ਸੀ ਲੰਗਰ ਚ ਪ੍ਰਸ਼ਾਦੇ ਹੋਰ ਖੀਰ ਆਦਿਕ ਸਾਰਿਆਂ ਦੀ ਅੰਸ਼ ਮਹਾਰਾਜ ਜੀ ਨੇ ਮੁੱਖਾਂ ਵਿੱਚੋਂ ਕੱਢ ਕੇ ਦਿਖਾ ਦਿੱਤੀ। ਪੁਨ ਸ੍ਰੀ ਸਤਿਗੁਰ ਵਰਨ ਸੁਣਾਈ, ਇਹ ਸਾਰੇ ਸੱਚੇ ਪਾਤਸ਼ਾਹ ਸਿੱਖਿਆ ਕਥਨ ਕਰਕੇ ਸੁਣਾਈ। ਦੰਤਨ ਜਾੜਨ ਮਹਿ ਲਗ ਜੋਈ, ਦੰਤਨ ਜਾੜਨ ਮਹਿ ਲਗ ਜੋਈ, ਇਹ ਭਾਈ ਜੇ ਦੰਦਾਂ ਦੇ ਵਿੱਚ ਜਾੜਾਂ 'ਚ ਜੋ ਵੀ ਅੰਸ਼ ਲੱਗੀ, ਸਿੱਖ ਕੋ ਕੀਨ ਦਿਖਾਵਨ ਸੋਈ, ਸਾਰੀ ਭਾਈ ਬੁੱਢਾ ਜੀ ਨੂੰ ਹੋਰ ਸੰਗਤਾਂ ਨੂੰ ਦਿਖਾ ਦਿੱਤੀ ਗੁਰੂ ਅਮਰਦਾਸ ਜੀ ਨੇ ਅੰਸ਼। ਪਰਮ ਹਿਤੂ ਬ੍ਰਿਧ ਤੂੰ ਬੁੱਧਵੰਤਾ, ਮਹਾਰਾਜ ਕਹਿੰਦੇ ਵੀ ਸਾਡਾ ਬਹੁਤ ਹੀ ਹਿਤੂ ਪ੍ਰੇਮੀ ਆ, ਬਹੁਤ ਬ੍ਰਹਮਵੇਤਾ ਹੈ ਬਾਬਾ ਬੁੱਢਾ ਜੀ। ਨਿਸ਼ਚੈ ਮੇਰੋ ਇਹੀ ਮਤੰਤਾ, ਹਾਂਜੀ ਨਿਸ਼ਚੈ ਮੇਰੋ ਇਹੀ ਮਤੰਤਾ, ਸਾਡਾ ਮਤੰਤ ਹਿਰਦੇ ਵਿੱਚ ਸਿਧਾਂਤ ਇਹੀ ਆ, ਨਿਸ਼ਚੈ ਹੈ ਕਿ ਗੁਰੂ ਔਰ ਗੁਰੂ ਕੇ ਸਿੱਖ 'ਚ ਕੋਈ ਅੰਤਰਾ ਨਹੀਂ ਹੈ। ਸੰਗਤ ਅਜ ਹੈ ਪ੍ਰੇਮ ਕੇ ਨਾਲ, ਸੰਗਤ ਜਿਹੜਾ ਪ੍ਰੇਮ ਦੇ ਨਾਲ ਭੋਜਨ ਛਕਦੀ ਹੈ, ਸੋ ਮੁਝ ਪਹੁੰਚ ਹੈ ਸਭ ਹੀ ਕਾਲ, ਸਾਰਿਆਂ ਸਮਾਂ 'ਚ ਕਦੋਂ ਵੀ ਗੁਰੂ ਕੇ ਸਿੱਖ ਭੋਜਨ ਛਕਣ ਸੰਗਤ ਵਿੱਚ ਕੋਈ ਐਸਾ ਸਤਸੰਗੀ ਵਿਅਕਤੀ ਨਹੀਂ
ਜਿਹੜਾ ਵਾਹਿਗੁਰੂ ਕਹਿ ਕੇ ਮੂੰਹੋਂ ਵਿੱਚ ਬੁਕਰੂ ਨਹੀਂ ਪਾਉਂਦਾ। ਕੋਈ ਬਿਰਲਾ ਹੀ ਮੂਰਖ ਹੋਵੇਗਾ, ਨਹੀਂ ਤਾਂ ਜਿੱਤਰੇ ਘਰ ਸਾਰੀ ਗ੍ਰਸਤ ਵਿੱਚ ਗ੍ਰਸਤੀ ਲੋਕ ਪਰਤੇ ਧਾਰਮਿਕ ਚਰਨਾਂ ਦੇ। ਜਦੋਂ ਆਪਾਂ ਭੋਜਨ ਛਕਦੇ ਹਾਂ ਉਦੋਂ ਕਹਿੰਦੇ ਵਾਹਿਗੁਰੂ। ਉਹ ਜਿਹੜਾ ਵਾਹਿਗੁਰੂ ਕਹਿ ਕੇ ਸਤਿ ਪਹਿਲੀ ਗ੍ਰਾਹੀ ਪਾਉਂਦੇ ਹਾਂ, ਉਹ ਸਤਿ ਆਪਾਂ ਮੁੱਖ 'ਚ ਨਹੀਂ ਪਾਈ, ਉਹ ਗੁਰੂ ਦੇ ਮੁੱਖ ਵਿੱਚ ਪਾਈ। ਇੰਨੀ ਭਾਵਨਾ ਗੁਰਸਿੱਖਾਂ ਦੇ ਅੰਦਰ ਹੈ। ਹੋਰ ਸੰਗਤਾਂ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਮਨ ਦੇ ਵਿੱਚ ਕਦੇ ਵੀ ਸੰਗਤ ਨੂੰ ਗੁਰੂ ਤੋਂ ਵੱਖਰੀ ਨਾ ਮੰਨਿਓ। ਸੰਗਤ ਗੁਰੂ ਦਾ ਰੂਪ ਹੈ। ਦਸਵੇਂ ਜਾਮੇ ਚ ਨੀ ਦਸਵੇਂ ਪਾਤਸ਼ਾਹ ਨੇ ਕਿਹਾ ਖਾਲਸਾ ਮੇਰੇ ਰੂਪੋ ਖਾਸ, ਖਾਲਸੇ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਮੇਰੀ ਤਾਂ ਜਾਨ ਜਿੰਦ ਜਾਨ ਖਾਲਸਾ ਹੀ ਹੈ। ਸੋ ਖਾਲਸਾ ਜੀ, ਖਾਲਸਾ ਮੇਰਾ ਪ੍ਰਾਣ ਰੂਪ ਹਨ। ਇੱਥੇ ਤੱਕ ਮਹਾਰਾਜ ਨੇ ਵਡਿਆਈ ਦਿੱਤੀ ਸਿੰਘਾਂ ਨੂੰ। ਸੁਣ ਕਰ ਬ੍ਰਿਧ ਬਚਨ ਸਤਿਗੁਰ ਕੇ, ਐਸੇ ਅੰਮ੍ਰਿਤਮਈ ਬਚਨ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਸਾਹਿਬ ਵਿਖੇ ਸੁਣ ਕਰਕੇ ਮਹਾ ਪ੍ਰਮੋਦ ਪ੍ਰੇਮ ਜਿਤ ਧਰ ਕੇ। ਉਸ ਵੇਲੇ ਬੜਾ ਭਾਰੀ ਸਤਿਸੰਗ ਜੀ ਪ੍ਰੇਮ ਤੇ ਆਨੰਦ ਧਾਰਿਆ ਸਰੋਤਿਆਂ ਨੇ, ਨਾਲ ਬਾਬਾ ਬੁੱਢਾ ਜੀ ਨੇ ਚਰਨ ਕਮਲ ਪਰ ਸੀਸ ਟਿਕਾਇਓ। ਉਹਨਾਂ ਭਾਗਾਂ ਵਾਲੇ ਗੁਰਸਿੱਖਾਂ ਨੇ ਮਸਤਕ ਟੇਕਿਆ ਮਹਾਰਾਜ ਦੇ ਚਰਨਾਂ ਕਮਲਾਂ ਤੇ। ਸੁਜਸ ਵਿਸਾਲ ਕਰਤ ਹਲਸਾਇਓ, ਔਰ ਬੜਾ ਭਾਰੀ ਸੇਠ ਜਸ ਕਰਕੇ ਗੁਰੂ ਕਾ ਖੁਸ਼ ਹੋਏ। ਸੰਗਤ ਅਧਿਕ ਬ੍ਰਿਧੀ ਗੁਰ ਕੇਰੀ, ਬਹੁਤ ਸੰਗਤ ਸਤਿ ਪ੍ਰਸੰਨ ਹੋਈ ਗੁਰਾਂ ਦੇ। ਸ਼ੁਭ ਮਤ ਪ੍ਰਾਪਤ ਭਈ ਪਟੇਰੀ, ਇਹਨੂੰ ਕਹਿੰਦੇ ਸ਼ੁਭ ਮਤੀ ਸਤਿ ਵੱਡੀ ਤੋਂ ਵੱਡੀ, ਉਹ ਇੱਥੇ ਬਿਨਾਂ ਨਹੀਂ ਪ੍ਰਾਪਤ ਹੁੰਦੀ। ਸਿੱਖੀ ਰੀਤ ਮਹਿਤ ਵਿਸਤਾਰੀ, ਅਹੀ ਗੁਰਸਿੱਖੀ ਬਹੁ ਭਗਤੀ ਔਰ ਰੀਤੀ ਮਰਜ਼ਾਦਾ ਥਾਂ ਥਾਂ ਤੇ ਫੁਲਾ ਦਿੱਤੀ ਗੁਰੂ ਅਮਰਦਾਸ ਜੀ ਨੇ ਸੱਚੇ ਪਾਤਸ਼ਾਹ ਨੇ। ਵਿਸ਼ੇ ਵਾਸ਼ਨਾ ਸਭ ਨਿਰਵਾਰੀ, ਧੰਨ ਗੁਰੂ ਸੱਚੇ ਪਾਤਸ਼ਾਹ ਵਾਸ਼ਨਾ ਸਤਸੰਗ ਜੀ ਇੱਛਾ ਨੂੰ ਕਹਿੰਦੇ। ਜੰਤ ਵਾਸ਼ਨਾ ਵਿਆਗਰੀ ਸਰਬ ਖਾਏ, ਯਕ ਸੰਤ ਵਾਚੇ ਜਿੰਨਾ ਸੱਚ ਹਿੱਤੇ। ਵਾਸ਼ਨਾ ਰੂਪੀ ਬਘਿਆੜੀ ਨੇ ਸਾਰੇ ਜੀਵ ਖਾ ਦੇ ਖਾਲਸਾ ਜੀ। ਕੌਣ ਬਚੇ ਨੇ ਜਿਨ ਸੱਚ ਹਿੱਤੇ ਯਕ ਸੰਤ ਵਾਚੇ? ਉਹ ਸਾਧੂ ਸੰਤ ਬਚੇ ਨੇ ਜਿਨ੍ਹਾਂ ਦਾ ਵਾਹਿਗੁਰੂ ਨਾਲ ਹਿੱਤ ਹੈ। ਬਾਬਾ ਬੜਾ ਬੁੱਢਾ ਜੀ, ਭਾਈ ਪਾਰੋ ਜੀ ਜੈਸੇ ਬੁੱਢਾ ਇੱਥੇ ਡੰਡੇ ਦੇ ਸਤਸੰਗ ਜੀ ਸਨ, ਇਹੋ ਜਿਹੇ ਗੁਰਮੁਖ ਉਹਨਾਂ ਦਾ ਧੰਨ ਜੀਵਨ ਸੀ ਖਾਲਸਾ ਜੀ। ਐਸੇ ਸਤਿਗੁਰੂ ਜੀ ਤੋ ਭਰੋਸਾਏ ਖਾਲਸਾ ਜੀ, ਉਹ ਜਨਮ ਉਹਨਾਂ ਨੇ ਸਫਲਾ ਕਰ ਲਿਆ ਹੈ। ਸਤਿਗੁਰ ਨੇਮ ਸਦਾ ਨਿਰਭਾ ਹੈ, ਸਤਿਗੁਰੂ ਜੀ ਨੇ ਜੋ ਸਿੱਖਿਆ ਦਿੱਤੀ ਉਹ ਨੇਮ ਨਿਯਮ ਨਿਭਾਉਂਦੇ ਗੁਰੂ ਕੇ ਸਿੱਖ। ਜਾਮ ਜਾਮਨੀ ਜਾਗਨ ਕਾ ਹੈ, ਕੀ ਕਰਦੇ ਜਿਸ ਵੇ ਇੱਕ ਪੈਰ ਰਾਸ ਰਹਿ ਜਾਂਦੀ। ਸ੍ਰੀ ਗੁਰੂ ਨੂੰ ਤਿੰਨ ਕੁ ਦਾ ਟਾਈਮ ਹੁੰਦਾ, ਸਾਰੇ ਜਾਗਦੇ। ਉਠ ਹੈ ਕਿਰਿਆ ਨਿਤ ਕੀ ਕਰ ਸਾਰੀ, ਇੱਧਰ ਸਤਿਗੁਰੂ ਜੀ ਵੀ ਖਾਲਸਾ ਜੀ ਉਸੀ ਨਿਯਮ ਨਿਭਾਉਂਦੇ, ਤੜਕੇ ਉੱਠਦੇ ਸਾਰੀ ਇਸ਼ਨਾਨ ਪਾਨ ਦੀ ਕਿਰਿਆ ਕਰਦੇ। ਕਰਹਿ ਸੌਚ ਸੰਗ ਮ੍ਰਿਤਕਾ ਬਾਰੀ, ਉਸ ਵੇਲੇ ਖਾਲਸਾ ਜੀ ਖੇਡੇ ਮਰਲੇ ਜਾਂਦੇ। ਖਾਲਸਾ ਜੰਗਲ ਬਾਣੀ ਨੂੰ ਖੇਡੇ ਮਰਲੇ ਕਹਿੰਦਾ ਹੈ। ਬਹੁਤੇ ਸਾਰੇ ਜਿਸ ਵੇਲੇ ਸਤਸੰਗ ਤੁਰਕਾਂ ਦਾ ਬੋਲਬਾਲਾ ਹੋਇਆ, ਖਾਲਸੇ ਨਾਲ ਸਤਸੰਗ ਜੀ ਜੰਗ ਲੜਨੇ ਪਏ, ਉਸ ਵੇਲੇ ਖਾਲਸੇ ਨੇ ਬਹੁਤ ਸਾਰੇ ਹੋਰ ਤਰ੍ਹਾਂ ਦੇ ਬੋਲੇ ਚੱਲੇ। ਜੇ ਜੰਗਲ ਪਾਣੀ ਜਾਣਾ ਹੋਵੇ ਇਹਦੇ ਕਾਜੀ ਨੂੰ ਰਸ ਦੇਣ ਚੱਲਿਆ ਖਾਲਸਾ। ਐਸੇ ਵਚਨ ਵੀ ਚੱਲਦੇ ਸੀ ਸਤਸੰਗ ਜੀ, ਕਰਨਾ ਪਿਸ਼ਾਵਾ ਗੜ ਤੋੜਨ ਚੱਲਿਆ ਖਾਲਸਾ, ਐਸੇ ਵਚਨ ਵੀ ਕਿਹਾ ਕਰਦੇ ਸਨ। ਸੋ ਸਤਿਗੁਰੂ ਜੀ ਸਭ ਸੋਚਾ ਚਾਰ ਜੰਗਲ ਪਾਣੀ ਨੂੰ ਕਹਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਇਹ ਕਿਰਿਆ ਕਰਦੇ। ਫਿਰ ਵਸਤਰ ਇਸ਼ਨਾਨ ਕਰਕੇ ਸਤਸੰਗ ਜੀ ਉੱਧਰ ਵਸਤਰ ਪਹਿਨਦੇ। ਬੈਠੇ ਹੈ ਸਤਿਗੁਰ ਹੋਏ ਇਕੰਤ ਥਲ, ਇਸ਼ਨਾਨ ਪਾਨ ਕਰਕੇ ਸਤਿਗੁਰ ਜੀ ਇਕਾਂਤ ਵਿੱਚ ਬੈਠ ਜਾਂਦੇ। ਬ੍ਰਿਤ ਟਿਕਾਏ ਨਿਜ ਰੂਪ ਮਝਾਰੀ, ਹੁਣ ਦੇਖ ਲੋ ਆਪਾਂ ਨੂੰ ਵੀ ਆਗਿਆ ਹੈ ਭਾਈ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਘਰ ਸਿੱਖ ਮਾਰ ਕੇ ਚੌਂਕੜਾ ਚਿੰਤਨ ਕਰੇ ਅਕਾਲ ਪੁਰਖ ਅੰਤਰ ਜਾਮੀ ਦਾ। ਵੱਡੇ ਵੇਲੇ ਬਾਣੀ ਪੜ੍ਹੇ, ਅੰਮ੍ਰਿਤ ਵੇਲੇ ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰੇ, ਔਰ ਗੁਰੂ ਕੀ ਦਾ ਧਿਆਨ ਧਾਰਦਾ ਖਾਲਸਾ ਜੀ। ਆਪੇ ਜਪੋ ਆਪਣਾ ਜਾਪ, ਆਪੇ ਆਪ ਵਰਤਦਾ ਪਿਆਰਾ, ਇਹ ਅਵਸਥਾ ਅਨੁਸਾਰ ਹੈ। ਜਿਹੜਾ ਜਗਿਆਸੂ ਹੈ ਉਹਦੀ ਸਮਾਧੀ ਹੋਰ ਤਰ੍ਹਾਂ ਦੀ ਹੈ, ਜਿਹੜਾ ਬ੍ਰਹਮ ਗਿਆਨੀ ਹੈ ਗੁਰੂ ਹੈ
ਉਹਦੀ ਭਾਈ ਸਮਾਧੀ ਹੋਰ ਤਰ੍ਹਾਂ ਦੀ। ਉਹ ਤਿੰਨੇ ਕਾਰ ਹੀ ਆਪਣੇ ਸਰੂਪ ਤੋਂ ਬ੍ਰਹਮ ਨੂੰ ਵੱਖਰਾ ਨਹੀਂ ਟੱਕਦਾ। ਬ੍ਰਹਮ ਦੀਸ਼ਾ ਹੈ, ਬ੍ਰਹਮ ਸੁਣੀਆਂ, ਏਕ ਏਕ ਵਖਾਣੀਆਂ, ਆਤਮ ਸਾਰਾ ਕਰਨ ਹਾਰਾ ਤਿਸ ਬਿਨਾਂ ਨਹੀਂ ਜਾਣੀ। ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋਈ ਬੋਲੇ ਰਹੇ, ਇੱਕ ਨਮਾਟੀ ਕੁੰਚਰ ਚਾਟੀ ਘੱਟ ਘੱਟ ਰਾਮ ਸਮਾਨਾ ਰਹੇ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੁਗਨ ਹਰ ਜਾਪਤ ਹੈ ਨਹੀਂ ਹੋਰ, ਇਹ ਬ੍ਰਹਮ ਵਿੱਚ ਦੀ ਹੈ। ਜਿੰਨੀਆਂ ਆਵਾਜ਼ਾਂ ਆਉਂਦੀਆਂ ਸਮਝ ਜਾ ਕੇ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ। ਐਸੀ ਵਸਤਾ ਖਾਲਸਾ ਜੀ ਬ੍ਰਹਮ ਗਿਆਨੀਆਂ ਦੀ ਹੈ। ਗੁਰਸਿੱਖ ਬ੍ਰਹਮ ਗਿਆਨੀ ਆਪ ਪਰਮੇਸ਼ਰ ਐਵੇਂ ਨਹੀਂ ਕਿਹਾ ਹੈ। ਆਪ ਸੱਚੇ ਪਾਤਸ਼ਾਹ ਸਵੰਮ ਆਪਣੇ ਸਰੂਪ ਦਾ ਧਿਆਨ ਧਾਰਦੇ ਹੈ। ਆਪਾਂ ਸਤਸੰਗ ਜੀ ਕੀ ਤਰ੍ਹਾਂਗੇ, ਆਪਣੇ ਅੰਦਰੇ ਘਾਟ ਹੈ, ਆਪਾਂ ਦੇਹ ਨੂੰ ਆਪਣਾ ਰੂਪ ਮੰਨੀ ਬੈਠੇ ਹਾਂ। ਕਹਿੰਦੇ ਮੇਰੀ ਫੋਟੋ ਖਿੱਚੀ ਬਈ, ਇਉਂ ਨਹੀਂ ਪਤਾ ਵੀ ਤੇਰੇ ਸਰੀਰ ਦੀ ਫੋਟੀ ਆ, ਫੋਟੋ ਹੈ ਤੇਰੀ ਤਾਂ ਨਹੀਂ ਹੈ, ਕਿਉਂ ਹਮਾਂ ਵਿੱਚ ਫਸਿਆ ਹੋਇਆ ਹੈ। ਅਤੇ ਮਨ ਵੀ ਆਪਾਂ ਨਹੀਂ, ਤਨ ਵੀ ਆਪਾਂ ਨਹੀਂ, ਆਪਣੇ ਹਨ ਇਹ, ਆਪਾਂ ਕੌਣ ਹੋਏ। ਆਹ ਸੰਗਤ ਵਿੱਚੋਂ ਖਰਚਾ ਜੀ ਬੋਧ ਮਿਲੇਗਾ ਕਿ ਆਪਾਂ ਕੌਣ ਹਾਂ। ਉਹ ਬ੍ਰਹਮ ਵਿੱਚਿਆਂ ਨੂੰ ਪਤਾ ਹੈ ਸਾਡਾ ਆਤਮ ਸਰੂਪ ਤਿੰਨ ਕਾਲ ਹੀ ਨਿਰੰਕਾਰ ਤੋਂ ਵੱਖਰਾ ਨਹੀਂ ਹੈ। ਸੋ ਗੁਰੂ ਸਾਹਿਬ ਤੋਂ ਭਾਈ ਆਪ ਸਾਕਸ਼ਾਤ ਰੂਪ ਹਨ, ਆਪਣੇ ਸਵੰਮ ਸਰੂਪ ਦੇ ਵਿੱਚ ਇਸਤ ਹੁੰਦੇ ਹੈ। ਲੇਹੇ ਆਨੰਦ ਤਿਸ ਕੋ ਹਿਤਕਾਰੀ, ਉਹ ਸਾਥੋਂ ਦੀ ਜਨ ਜ ਆਪਣਾ ਆਤਮਾ ਆਨੰਦ ਹੈ ਉਹਦੇ ਹਿਤਕਾਰੀ ਹਨ। ਹੋਰ ਹੋਤ ਲੋ ਬ੍ਰਿਤੀ ਟਿਕਾਵੇ, ਸਵੇਰ ਹੁੰਦੇ ਮਹਾਰਾਜ ਜੀ ਬ੍ਰਿਤੀ ਟਿਕਾਉਂਦੇ, ਅਵਚਲ ਅਨੰਦ ਰੂਪ ਹੋਏ ਜਾਵੇ। ਸਾਥੋਂ ਜੀ ਜਪਦੇ ਜਪਦੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕਿਰਖ ਲਾਲੀ। ਜਿਨ੍ਹਾਂ ਨੇ ਹਰੀ ਦਾ ਜਾਪ ਜਪਿਆ ਉਹ ਕੈਸੇ ਬਲੀ ਪੂਤ ਹੋਏ, ਉਹ ਪਰਮੇਸ਼ਰ ਦਾ ਰੂਪ ਹੋ ਜਾਂਦੇ ਆ। ਤੂੰ ਤੂੰ ਕਰਤਾ ਤੂੰ ਪਾਇਆ, ਮੁਝ ਮੈਂ ਰਹਾ ਨਾ ਹੂੰ। ਕਿਉਂ ਨੀ ਸਤਸੰਗਤ ਜੀ, ਤੂੰ ਕਿਵੇਂ ਹੋਇਆ? ਜਦੋਂ ਹੂੰ ਚੱਕਿਆ ਗਿਆ, ਹਉ ਮੈਂ ਚੱਕੀ ਗਈ, ਓਨਾ ਚਿਰ ਸਤਸੰਗ ਬ੍ਰਹਮ ਰੂਪ ਨਹੀਂ ਹੋਈਦਾ ਜਿੰਨਾ ਚਿਰ ਹਉ ਮੈਂ ਹੈ। ਜੇ ਹਉ ਮੈਂ ਚਲੀ ਗਈ ਫਿਰ ਬ੍ਰਹਮ ਰੂਪ ਹੋ ਜਾਂਦਾ ਹੈ ਬ੍ਰਹਮ ਬਿਤਾ। ਦਿਵਸ ਚੜੇ ਸੁਖ ਹੋਏ ਸਮੁਦਾਏ, ਸਤਸੰਗ ਜੀ ਕੀ ਕਰਦੇ ਤੁਸੀਂ? ਦਿਵਸ ਚੜੇ ਸੁਖ ਸਿੱਖ ਹੋਏ ਸਮੁਦਾਏ, ਸਾਰੇ ਸਿੱਖ ਇਕੱਠੇ ਹੋ ਕੇ ਦਰਸ਼ਨ ਹੈ ਸੇਵ ਹੈ ਸੁਖ ਕੋ ਪਾਏ। ਮਹਾਰਾਜ ਦੇ ਦਰਸ਼ਨ ਕਰਦੇ ਬੜਾ ਆਨੰਦ ਪ੍ਰਾਪਤ ਕਰਦੇ, ਸ਼ਬਦ ਰਬਾਬੀ ਗਵਨ ਕਰੇ। ਰਾਬੀ ਸਿੱਖ ਜਿਨ੍ਹਾਂ ਨੂੰ ਰੱਬ ਦੀ ਆਪ ਪਾਣ ਚੜੀ ਹੋਈ ਆ ਭਾਈ, ਜਿਵੇਂ ਆ ਸ਼ਸਤਰਧਾਰੀ ਖਾਲਸਾ ਹੈ, ਕਿਉਂ ਬਈ ਤੇਰੀ ਸ੍ਰੀ ਸਾਹਿਬ ਕਿਵੇਂ ਆ ਪਰਖਦੇ ਨੇ ਸਿੰਘ, ਕਹਿੰਦੇ ਤੁਹਾਨੂੰ ਪਤਾ ਨੀ ਇਹਨੂੰ ਪੁੱਠ ਦਿੱਤੀ ਆ, ਟੈਂਪਰ ਜਿਹਨੂੰ ਕਹਿੰਦੇ ਆ, ਆਪ ਵੀ ਟੈਂਪਰ ਦਾ ਨਾਮ ਹੈ। ਉਹਨਾਂ ਨੂੰ ਸਤ ਸ੍ਰੀ ਨਾਮ ਦੀ ਆਪ ਚੜੀ ਹੋਈ ਹੈ। ਸੰਗਤ ਸਹਿਤ ਸੁਣੈ ਮੁਦ ਧਰੈ, ਔਰ ਸੰਗਤ ਦੇ ਸਹਿਤ ਸਰੋਤੇ ਬਣ ਕੇ ਸੁਣਦੇ ਹਨ। ਚਿਰੰਕਾਲ ਲਗ ਠਾਂਡੇ ਰਹੇ, ਤੇ ਚਿਰਕਾਲ ਤੱਕ ਸੱਚੇ ਪਾਤਸ਼ਾਹ ਵੀ ਖੜਦੇ ਦਬ ਕਰਦੇ, ਔਰ ਗੁਰਸਿੱਖ ਵੀ ਸਤਸੰਗੀ ਭਜਨ ਸੰਗਤ ਸੁਣਦੇ। ਕਿਲ ਕਪੀਤ ਮਹਿ ਕਰ ਸੋ ਗਹਿ, ਆਪ ਕੈਸੇ ਹਨ ਖਾਲਸਾ ਜੀ ਦੇਖੋ, 100 ਸਾਲ ਤੋਂ ਉੱਤੇ ਉਮਰ ਹੈ, ਬਿਰਦ ਵਾਸਤਾ ਸਰੀਰ ਕਰਕੇ ਸੱਚੇ ਪਾਤਸ਼ਾਹ ਜੀ। ਅੱਜ ਵੀ ਗੋਇੰਦਵਾਲ ਸਾਹਿਬ ਜਾਈਏ, ਆਪਾਂ ਉਸ ਕਿੱਡੀ ਨੂੰ ਕੀਲੀ ਸਾਹਿਬ ਕਹਿੰਦੇ ਹਾਂ, ਸਤਨਾਮ ਦੇ ਹਸਤ ਕਵਰ ਲੱਗੇ ਹੋਏ ਜਿੱਥੇ ਮਹਾਰਾਜ ਜੀ ਦੇ ਸਤਸੰਗ ਜੀ ਸਥਾਨ ਨੇ, ਬਾਹਰਲੇ ਪਾਸੇ ਦਰਵਾਜ਼ੇ ਨੂੰ ਜੋ ਮੱਥਾ ਟੇਕੀ ਦਾ ਖਾਲਸਾ ਸੱਜੇ ਹੱਥ ਕੀਂਦਾ ਹੈ। ਉਹ ਜਦੋਂ ਮਹਾਰਾਜ ਕਰਦੇ ਬਿਰਧ ਵਰਤਾ ਸੀ, ਕੀਲਾ ਪਕੜ ਕੇ ਖੜੇ ਰਹਿੰਦੇ ਆ, ਸਿਮਨ ਕਰਦੇ। ਇਹਨੂੰ ਹੱਟ ਤਪ ਦੀਆਂ ਨਿਸ਼ਾਨੀਆਂ ਨੇ ਗੁਰੂ ਸਾਹਿਬ ਦੇ ਦੀਆਂ। ਮਹਾਂ ਬ੍ਰਿਧ ਜੀਰਨ ਤਨ ਹੋਏ, ਬਹੁਤ ਹੀ ਬਿਰਧ ਵਰਤਾ ਸਰੀਰ ਹੋ ਗਿਆ ਪੁਰਾਣਾ। ਤਪ ਕੋ ਤਪ ਹੈ ਪਿਖ ਹੈ ਸਭ ਕੋਏ, ਹਾਂਜੀ ਤਪ ਕੋ ਤਪ ਹੈ ਪਿਖ ਹੈ ਸਭ ਕੋਏ। ਨਾਲੇ ਸਾਰਿਆਂ ਤੇ ਅੰਮ੍ਰਿਤ ਭਈ ਬ੍ਰਹਮ ਗਿਆਨੀ ਕੀ ਦੇਸ਼ ਅੰਮ੍ਰਿਤ ਵਰਸੈ, ਸਾਰਿਆਂ ਤੇ ਅੰਮ੍ਰਿਤ ਭਈ ਦੇਸ਼ੀ ਪਾਉਂਦੇ, ਔਰ ਗੁਰ ਸੇਵਾ ਤਪਨ ਸਿਰ ਤਪਸਾਰ ਇਹ ਤਪ ਕਰਦੇ। ਦੇਗ ਸੋ ਤਿਆਰ ਹੋਏ ਹੈ ਜਬ, ਜਦੋਂ ਲੰਗਰ ਤਿਆਰ ਹੋ ਜਾਂਦਾ, ਸੰਗਤ ਸਹਿਤ ਅਚ ਹੈ ਗੁਰ ਤਬੈ, ਸੰਗਤ ਦੇ ਸਹਿਤ ਮਹਾਰਾਜ ਸਪੈਸ਼ਲ ਥਾਲ ਨਹੀਂ ਸੀ ਲਵਾਉਂਦੇ, ਮਹਾਰਾਜ ਸੰਗਤ ਵਿੱਚ ਬੈਠ ਕੇ ਛਕਦੇ। ਇੱਕ ਦਿਨ ਜਾਗੇ ਪ੍ਰਭੂ ਕਿਰਪਾਲ, ਇੱਕ ਦਿਨ ਸੱਚੇ ਪਾਤਸ਼ਾਹ ਸਤਿਗੁਰ ਜਾਗਦਾ ਹੈ ਦਿਓ, ਗੁਰੂ ਤਾਂ ਸਦਾ ਹੀ ਜਾਗਦਾ ਹੈ। ਸਾਵਧਾਨ ਹੋ ਕੇ ਕਿਰਿਆ ਕੀਤੀ ਜੰਗ ਪਾਲੀ ਜੀ,
ਤੇ ਨਾਲ ਹੀ ਇਸ਼ਨਾਨ ਕੀਤਾ। ਹਿਤ ਦਰਸ਼ਨ ਕੇ ਤਨ ਜਾ ਭਾਨੀ, ਉਸ ਵੇਲੇ ਦਰਸ਼ਨਾਂ ਵਾਸਤੇ ਕਰਮ ਸਾਹਿਬ ਬੀਬੀ ਭਾਨੀ ਆਈ। ਪਹੁੰਚੀ ਨਿਕਟ ਭਗਤ ਜਿਹੇ ਭਾਨੀ, ਜਿਸ ਨੂੰ ਪਹੁ ਭਗਤੀ ਚੰਗੀ ਚੰਗੀ ਲੱਗਦੀ ਹੈ। ਬੀਬੀ ਭਾਨੀ ਪੁੱਤਰੀ ਸੀ ਮਹਾਰਾਜ ਜੀ ਦੀ, ਜੋ ਸਵੇਰੇ ਸਤਿਗੁਰੂ ਜੀ ਇਸ਼ਨਾਨ ਪਾਨ ਕਰਨ ਵਾਸਤੇ ਚੌਂਕੀ ਤੇ ਬੈਠੇ। ਤਬ ਚੌਂਕੀ ਪਰ ਸਤਿਗੁਰ ਚੜੇ, ਜੋ ਚੌਂਕੀ ਤੇ ਇਸ਼ਨਾਨ ਕਰਨ ਵਾਸਤੇ ਚੜੇ ਹੈ, ਧਿਆਨ ਧਰਨ ਹਿਤ ਬੈਠ ਬਕਰੇ। ਉਸ ਵੇਲੇ ਫਿਰ ਵੀ ਸਤਸੰਗ ਜੀ ਬੈਠਣਾ ਕੀਤਾ ਚੌਂਕੀ ਤੇ। ਆਪ ਜੀ ਨੇ ਵਾਹਿਗੁਰੂ ਦਾ ਧਿਆਨ ਧਾਰਦੇ ਹਨ, ਅੰਮ੍ਰਿਤ ਵੇਲਾ ਹੈ। ਦੌਨ ਬਿਲੋਚਨ ਮੁਦਰਿਤ ਕਰਕੇ, ਜਿੱਥੇ ਮੀਤੇ ਹੋਏ ਨੇ ਆਪ ਦੇ, ਅੰਤਰਮੁਖੀ ਬ੍ਰਿਤ ਕੋ ਧਰਕੇ, ਅੰਤਰਮੁਖ ਬਿਰਤੀ ਸਤਸੰਗੀ ਟਿਕਾਈ ਹੋਈ ਹੈ ਮਹਾਰਾਜ ਜੀ ਦੀ। ਹੋਏ ਅਡੋਲ ਤਬ ਲਾਏ ਸੋ ਧਿਆਨ, ਬੋਲਣ ਤੋਂ ਰਹਿਤ ਹੋ ਕੇ ਸਤਸੰਗ ਜੀ ਵਾਹਿਗੁਰੂ ਦਾ ਧਿਆਨ ਧਾਰਿਆ ਆਪ ਜੀ ਨੇ। ਸੰਭ ਸਮਾਨ ਗੁਰੂ ਭਗਵਾਨ, ਉਸ ਵੇਲੇ ਹਾਂਜੀ ਸ਼ੰਭ ਸਮਾਨ ਗੁਰੂ ਭਗਵਾਨ, ਸੱਚੇ ਪਾਤਸ਼ਾਹ ਸਮਾਨ ਵਿਅਕਤੀ ਦੇ ਸਹਿਤ ਹਨ। ਹੁਤੋਂ ਹੀਨ ਚੌਂਕੀ ਇੱਕ ਪਾਵਾ, ਚੌਂਕੀ ਦਾ ਪਾਵਾ ਸਤਸੰਗੀ ਤੜਕ ਗਿਆ ਕੁਦਰਤੀ, ਉਹ ਇੱਕ ਪਾਸੇ ਫਕੜ ਲੈ ਗਈ ਪਾਵੇ ਦੀ। ਇੱਕ ਭਾਨੀ ਮਨ ਇਮ ਠਹਿਰਾਵਾ, ਬੀਬੀ ਭਾਨੀ ਕੋਲੇ ਖੜੀ ਸੀ, ਮਨ ਵਿੱਚ ਮੱਸ ਰਿਹਾ ਕਿ ਜੇ ਇਹ ਪਾਵਾ ਹੋਰ ਟੁੱਟ ਗਿਆ ਤਾਂ ਚੌਂਕੀ ਟੇਢੀ ਹੋ ਕੇ ਪਿਤਾ ਜੀ ਡਿੱਗ ਪੈਣਗੇ ਚੌਂਕੀ ਤੋਂ। ਬੀਬੀ ਜੀ ਨੇ ਹੱਥ ਥੱਲੇ ਦੇ ਦਿੱਤਾ, ਹੱਲ ਹੈ ਪਿਤਾ ਇਤੋਂ ਜਦ ਹੋਏ, ਜੇ ਚੌਂਕੀ ਹਿੱਲ ਗਈ ਪਿਤਾ ਜੀ ਡਿੱਗ ਪੈਣਗੇ, ਚੌਂਕੀ ਡੋਲ ਜਾਏ ਥਿਤ ਜੋਏ, ਕਿਤੇ ਚੌਂਕੀ ਨਾ ਡੋਲ ਜਾਵੇ। ਛੁੱਟ ਹੈ ਸਮਾਧ ਅਰਾਧ ਅਗਾਧੋ, ਸਤਿਗੁਰੂ ਜੀ ਇਸ ਵੇਲੇ ਅਗਾਧ ਨਿਰਭਰ ਸਮਾਧੀ ਵਿੱਚ ਸਥਿਤ ਹਨ। ਜਿਸ ਹਿਤ ਜੋਗੀ ਜਤਨ ਸੋ ਸਾਧੋ, ਉਹ ਸਮਾਧੀ ਮਹਾਰਾਜ ਦੇ ਵਿਰਸੇ ਚ ਆਈ ਹੈ, ਜਿਸ ਜੋ ਸਮਾਧੀ ਨੂੰ ਜੋਗੀ ਲੋਕ ਤਰਸਦੇ ਨੇ। ਧਿਆਤਾ ਧਿਆਨ ਤੇ ਗਿਆਤਾ ਗਿਆਨ ਗਏ, ਉੱਥੇ ਉਹਨੂੰ ਕਹਿੰਦੇ ਨਿਰਭਗਰਮ ਸਮਾਧੀ। ਇਹ ਇਹਨਾਂ ਤ੍ਰਿਕੁਟੀਆਂ ਦਾ ਅਭਾਵ ਹੈ ਜਿੱਥੇ, ਉਹਨੂੰ ਸਮਾਧੀ ਨਿਰਭਗਰਮ ਸਮਾਧੀ ਕਹਿੰਦੇ ਹੈ। ਰਹਿ ਵਿਖੇਪ ਧਿਆਨ ਕੇ ਮਾਹੀ, ਉਸ ਵੇਲੇ ਵਿਖੇਪ ਦਾ ਵਿਘਨ ਪਵੇਗਾ ਧਿਆਨ ਵਿੱਚ ਜੇ ਚੌਂਕੀ ਟੇਢੀ ਹੋ ਗਈ। ਬਿਰਤ ਅਡੋਲ ਟਿਕ ਹੈ ਤਬ ਨਾਹੀ, ਉਸ ਵੇਲੇ ਬਿਰਤੀ ਡੋਲ ਹੋ ਕੇ ਨਹੀਂ ਟਿਕੇਗੀ ਮਹਾਰਾਜ ਜੀ। ਅਪਰ ਵਸਤ ਤਹ ਪਾਏ ਨਾ ਕੋਈ, ਇੱਧਰ ਉੱਧਰ ਬੀਬੀ ਦੇਖਦੀ ਹੈ ਵੀ ਪਾਵੇ ਸਾਡੇ ਹੋਰ ਕੋਈ ਵਸਤੂ ਦੇ ਦਿਆਂ। ਪਾਵੇ ਤਰੇ ਧਰੇ ਹਿਤ ਜੋ, ਇਸ ਕਰਕੇ ਪਾਵੇ ਨੂੰ ਬਰਾਬਰ ਕਰਨ ਵਾਸਤੇ ਥੱਲੇ ਟਿਕਾ ਦੇਵੇ। ਚੌਹ ਦਿਸ਼ ਦ੍ਰਿਗਨ ਚਲਾਏ ਨਿਹਾਰ, ਚਾਰ ਸਵੇਰੇ ਬੀਬੀ ਭਾਨੀ ਨੇ ਦ੍ਰਿਸ਼ਟੀ ਕਰਕੇ ਦੇਖਿਆ, ਨਹਿ ਸਮੀਪ ਜੋ ਦੇਹੇ ਅਧਾਰਾ, ਕੋਈ ਕੋਈ ਵਸਤੂ ਸਤਸੰਗ, ਕੋਈ ਇੱਟ, ਕੋਈ ਡੀਟੀ, ਕੋਈ ਐਸੀ ਵਸਤੂ ਦੇਖੀ ਜਿਹੜੀ ਪਾਵੇ ਸਾਡੇ ਦੇ ਦੇਵੇ। ਉਤਲਾਵਤ ਨੇ ਦੀਨ ਸਹਾਥ, ਛੇਤੀ ਦੇ ਨੇ ਖਾਲਸਾ ਜੀ ਤੁਹਾਨੂੰ ਬੀਬੀ ਭਾਨੀ ਹੈ, ਸਾਰੇ ਗੁਰੂ ਕੇ ਮਹਿਲਾਂ ਨੂੰ ਆਪਾਂ ਮਾਤਾ ਕਹਿੰਦੇ ਹਾਂ, ਕਦੇ ਕਿਸੇ ਨੇ ਬੀਬੀ ਭਾਨੀ ਨੂੰ ਵੀ ਮਾਤਾ ਭਾਨੀ ਕਿਹਾ ਹੈ? ਕਿਉਂ ਖਾਲਸਾ ਜੀ, ਇਹ ਗੁਰੂ ਕੇ ਘਰ ਵਿੱਚ ਇਹਨਾਂ ਨੇ ਅਵਤਾਰ ਧਾਰਿਆ ਹੈ। ਜਿਤਨੇ ਦੂਸਰੇ ਮਹਿਲ ਹੋਏ, ਦੂਸਰੇ ਪਾਸੇ ਤੁਹਾਰਾ ਮਹਿਲ ਪ੍ਰਗਟਾ ਕੇ ਲਿਆਉਂਦੇ ਰਹੇ, ਲੇਕਿਨ ਬੀਬੀ ਭਾਨੀ ਨੇ ਤਾਂ ਭਾਈ ਗੁਰੂ ਕੀ ਪੁੱਤਰੀ ਹੋ ਕਰਕੇ ਅਵਤਾਰ ਧਾਰਿਆ ਹੈ। ਬੀਬੀ ਨੇ ਸਤਸੰਗ ਜੀ ਹੱਥ ਥੱਲੇ ਦੇ ਦਿੱਤਾ ਪਾਵੇ ਦੇ, ਨਹਿ ਡੋਲੇ ਚੌਂਕੀ ਤੇ ਸਾਥ, ਜੇ ਚੌਂਕੀ ਡੋਲੇਗੀ ਨਹੀਂ ਪਿਤਾ ਜੀ ਬੈਠੇ ਰਹਿਣਗੇ। ਚਹੁ ਪਾਵੇ ਪਰ ਇੱਕ ਸਮ ਭਾਰੂ, ਚਾਰ ਸ਼ਪਾਤ ਪਵੇ ਇੱਕੋ ਜੇ ਹੋ ਗਏ, ਹੋਤ ਭਇਓ ਸਭ ਲੀਨ ਸਹਾਰੋ, ਉਸ ਵੇਲੇ ਸਤਸੰਗ ਜੀ ਸਹਾਰਾ ਦਿੱਤਾ ਹੱਥ ਦਾ। ਤਨ ਇਸਤਰੀ ਕਰ ਕੋਮਲ ਕਰ ਹੈ, ਭਾਈ ਸਾਹਿਬ ਜੀ ਕਹਿੰਦੇ ਗੁਰਸਿੱਖੋ ਇਹ ਵਿਦਤ ਹੈ, ਬੀਬੀਆਂ ਦੇ ਹੱਥ ਕੋਮਲ ਹੁੰਦੇ ਨੇ। ਭਇਓ ਭਾਰ ਤੇ ਪੀੜਤ ਤਰ ਹੈ, ਸਤਿਗੁਰੂ ਜੀ ਦੇ ਸਤਸੰਗ ਜੀ ਭਾਰ ਨਾਲ ਬੀਬੇ ਦੇ ਥੇਲੀ ਦੇ ਵਿੱਚ ਉਹ ਜਿਹੜੀ ਅਸਿਰਤਾ ਸੀ ਤਿੱਖਾ ਪਾਵਾ ਉਹ ਥੱਲੇ ਖੁੱਭ ਗਿਆ। ਤਉ ਨਾ ਕਰਿਓ ਡੁਲਾਵ ਨਾ ਕਰ ਕੋ, ਪਰ ਤੁਹਾਨੂੰ ਬੀਬੀ ਦਾ ਜੀਵਨ ਖਾਲਸਾ ਜੀ ਹੱਥ ਹਿਲਾਇਆ ਨਹੀਂ। ਬੈਠੀ ਰਹੀ ਧੀਰ ਧਰ ਉਰਕੋ, ਜਿੰਨਾ ਚਿਰ ਮਹਾਰਾਜ ਸਮਾਧੀ ਚ ਬੈਠੇ ਰਹੇ ਚੌਂਕੀ ਦੇ ਉੱਤੇ, ਉਹਨਾਂ ਚਿਰ ਧੀਰ ਧਰ ਕੇ ਥੱਲੇ ਬੈਠੀ ਰਹੀ ਕੋਲੇ। ਪਾਵਾ ਰਹੇ ਉਹ ਹਥੇਰੀ ਗਟਕੇ, ਉਹ ਜਿਹੜਾ ਪਾਵਾ ਸੀ ਤਿੱਖਾ ਹਥੇਰੀ ਦੇ ਵਿੱਚ ਖੱਬ ਗਿਆ। ਨਹੀਂ ਨਿਕਾਸਤ ਤੇਹੇ ਥਲ ਛੱਡ ਕੇ, ਇਸ ਪ੍ਰਕਾਰ ਕੱਢਿਆ ਨਹੀਂ ਹੈ। ਪੁਰਖਨ ਕੋ ਦੁਸ਼ਕਰ ਬਹੁ ਜੋਈ, ਜਿਸ ਵੇਲੇ ਸਰ ਜੀ ਪੁਰਖਨ ਕੋ ਦੁਸ਼ਕਰ ਬਹੁ ਜੋਈ, ਜਿਹੜੀ ਘਟਨਾ ਆਦਮੀ ਨੂੰ ਕਰਨੀ ਵੀ ਬੜੀ ਔਖੀ ਹੈ,
ਅਜੋ ਘਰ ਨਾ ਸੇਵਾ ਬੀਬੀ ਘਰ ਰਹੀ ਹੈ। ਭਗਤ ਪਿਤਾ ਕੀ ਹਿਤ ਕੇ ਸੋਈ, ਗੁਰੂ ਸਾਹਿਬ ਦੀ ਸੇਵਾ ਕੀਤੀ ਬੀਬੀ ਨੇ। ਪ੍ਰਾਤ ਹੋਤ ਲਗ ਨਾ ਹਿਨਹਾਲੀ, ਜਿੰਨਾ ਚਿਰ ਸਾਹਿਬ ਸਨੀ ਚਾਨਣ ਨਹੀਂ ਹੋਇਆ, ਸੂਰਜ ਨੀ ਨਿਕਲਿਆ, ਮਹਾਰਾਜ ਸਮਾਧੀ ਚ ਬੈਠੇ ਰਹੇ। ਦੇਖ ਲੋ ਪਾਵੇ ਥੱਲੇ ਬੀਬੀ ਨੇ ਹੱਥ ਦੇਈ ਰੱਖਿਆ, ਉਹਦੇ ਵਿੱਚੋਂ ਖੂਨ ਨਿਕਲਿਆ। ਸਤਸੰਗ ਜੀ, ਬੀਬੀ ਦੀ ਬਾਂਹ ਸੁੱਜ ਗਈ। ਮਨਹੋ ਮੂਰਤੀ ਚਿਤਰ ਨਿਕਾਲੀ, ਐਂ ਬੈਠੀ ਆ ਕਰ ਸਾਰੀ ਜਿਵੇਂ ਕੋਈ ਚਿਤਰੀ ਕਰ ਚਿਤਰਕਾਰ ਕੀਤਾ ਹੁੰਦਾ, ਕੋਈ ਮੂਰਤੀ ਹਿਲਦੀ ਨਹੀਂ, ਐ ਬੀਬੀ ਬੈਠੀ ਹੈ। ਪੁਜਾ ਸੂਨ ਕੰਧੇ ਲੱਗ ਪਈ, ਮੋਢੇ ਟੱਕ ਸਤਸੰਗ ਜੀ ਜਿਹੀ ਬਾਂਸੀ ਸੁੰਨ ਹੋ ਗਈ। ਉਤਰਿਓ ਰੁਦਰ ਲਾਲ ਹੋਏ ਗਈ, ਖੂਨ ਉਤਰਿਆ ਆ ਖਾਲਸਾ ਜੀ ਲਾਲੀ ਪਕੜਿਓ ਬਾਂਹ ਨੇ। ਧਿਆਨ ਹਟਾਵਨ ਸਮੋ ਭਇਓ ਜਬ, ਜਦੋਂ ਸਮਾਂ ਆਇਆ ਮਹਾਰਾਜ ਉਥਾਨ ਹੋਣ ਦਾ ਕੇ ਉੱਠੀਏ। ਕਮਲ ਬਿਲੋਚਨ ਬਿਵਸਤ ਭੇ ਤਬ, ਥੋੜੇ ਕਮਲਾਂ ਵਰਗੇ ਖਿੜੇ ਹੋਏ ਨੇਤਰ ਮਹਾਰਾਜ ਜੀ ਨੇ ਜਿਸਵੇ ਖੋਲੇ। ਬੈਠੀ ਸੁਤਾ ਸਮੀਪ ਨਿਹਾਰੀ, ਕੀ ਦੇਖਿਆ ਕਿ ਸਾਡੀ ਚੌਂਕੀ ਦੇ ਪਿਛਲੇ ਪਾਸੇ ਸਾਡੀ ਪੁੱਤਰੀ ਬੈਠੀ ਹੈ। ਦੇਖੀ ਬਹੁਰੋ ਦ੍ਰਿਸ਼ਟ ਭੁਜਾ ਪਰ ਡਾਰੀ, ਜਦੋਂ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਦੀ ਬਾਹ ਵੱਲ ਤੱਕਿਆ, ਫੂਲ ਨਸਾ ਸਰੋਨਤ ਭਰ ਰਹਿਓ। ਕੀ ਦੇਖਿਆ ਸਤਸੰਗੀ, ਨਾੜਾ ਫੁੱਲ ਗਈਆਂ ਬਾਹ ਦੀਆਂ, ਨਾਲੀ ਖੂਨ ਜੰਮ ਗਿਆ। ਸ੍ਰੀ ਸਤਿਗੁਰ ਬੂਜਨ ਹਿਤ ਰਪਹਿਓ, ਜਦੋਂ ਹੀ ਗੁਰੂ ਅਮਰਦਾਸ ਜੀ ਦੇ ਪੁੱਛਦੇ ਹਨ, ਇਹੋ ਕਿਆ ਕੀਨ ਰਹੀ ਕਿਉਂ ਬੈਸੀ, ਇਹ ਪੁੱਤਰੀ ਸਾਡੇ ਕੋਲ ਕਿਉਂ ਬੈਠੀ ਰਹੀ, ਇਹ ਬਾਹ ਕਿਵੇਂ ਤੇਰੀ ਖਰਾਬ ਹੋ ਗਈ। ਭੁਜ ਪਰ ਪੀੜਨ ਦੀਖਤ ਐਸੀ, ਤੇਰੀ ਜਿਹੜੀ ਪੂਜਾ ਹੈ ਇਹ ਪੀੜਾ ਦੇ ਸਹਿਲ ਦਿਖ ਰਹੀ ਹੈ। ਸੁਣ ਬੋਲੀ ਵੱਡ ਭਾਗਾ ਭਾਨੀ, ਵੱਡੇ ਭਾਗਾ ਵਾਲੀ ਬੀਬੀ ਭਾਨੀ ਬੋਲੀ ਸੁਣ ਕੇ, ਪਿਤ ਜੀ ਪਾਵੈ ਹੀਨ ਪਛਾਨੀ, ਇਹ ਪਿਤਾ ਜੀ ਮੈਂ ਦੇਖ ਲਿਆ ਇਹ ਜਿਹੜਾ ਪਾਵਾ ਚੌਂਕੀ ਦਾ ਚੌਥਾ ਹੈ ਇਹ ਕਮਜ਼ੋਰ ਸੀ, ਇਹ ਥੱਲੇ ਭੁਰ ਗਿਆ। ਮੈਂ ਆਖਿਆ ਜੇ ਨੀਵਾਂ ਹੋ ਗਿਆ ਪਿਤਾ ਜੀ ਡਿੱਗ ਪੈਣਗੇ, ਮੈਂ ਥੱਲੇ ਹੱਥ ਦਿੱਤਾ ਹੈ। ਨਿਕਟ ਬਿਲੋਕਨ ਕਛੂ ਨਾ ਕੀਰਾ, ਮੈਂ ਜਦ ਦੇਖਿਆ ਕੋਈ ਹੋਰ ਵਸਤੂ ਥੱਲੇ ਦੇਣ ਵਾਸਤੇ ਨਹੀਂ ਮਿਲੀ। ਜਾਂਦੇ ਹੱਥ ਤਰੇ ਮੈਂ ਦੀਨਾ, ਮੈਂ ਪਿਤਾ ਜੀ ਛੇਤੀ ਦੇਣੇ ਹੱਥ ਦੇ ਦਿੱਤਾ ਪਾਵੇ ਥੱਲੇ। ਡੋਲੇ ਤੇ ਸਮਾਧ ਛੁੱਟ ਜਾਏ, ਜੇ ਮੈਂ ਮਹਾਰਾਜ ਦੇਰ ਰਾਤਨ ਦੀ ਡੋਲ ਦੀ ਪਾਵਾ ਡੋਲਦਾ ਤੁਹਾਡੀ ਸਮਾਧੀ ਖੁੱਲ ਜਾਣੀ ਸੀ। ਰਾਖੀ ਜਾਂ ਤੇ ਸਥਿਤ ਟਿਕਾਏ, ਇਸ ਕਰਕੇ ਮਹਾਰਾਜ ਪਾਵਾ ਮੈਂ ਟਿਕਾ ਕੇ ਰੱਖਿਆ, ਚੌਂਕੀ ਟਿਕੀ ਰਹੇ। ਤਬ ਸ੍ਰੀ ਸਤਿਗੁਰ ਤਰੇ ਉਤਰ ਕੇ, ਸਤਿਗੁਰ ਅਮਰਦਾਸ ਜੀ ਚੌਂਕੀ ਤੋਂ ਥੱਲੇ ਉਤਰੇ। ਹੱਥ ਨਿਕਾਸਿਓ ਪ੍ਰੇਮ ਨਿਹਰ ਕੇ, ਬੀਬੀ ਦਾ ਪ੍ਰੇਮ ਦਾ ਇੱਕ ਖਾਲਸਾ ਜੀ ਹੱਥ ਥੱਲੇ ਕੱਢਿਆ ਚੌਂਕੀ ਦੇ ਪਾਵੇ ਥੱਲਿਓ। ਗਰਤ ਹਥੇਰੀ ਵਿਖੇ ਨਿਹਾਰਾ, ਜਦ ਦੇਖਿਆ ਸਤਸੰਗ ਜੀ ਖੁੱਭਿਆ ਹੋਇਆ ਉਹ ਜਿਹੜੀ ਸਿਰਤ ਸੀ ਪਾਵੇ ਦੀ, ਜਦ ਦੇਖਿਆ ਵਿੱਚੋਂ ਖੂਨ ਨਿਕਲ ਰਿਹਾ। ਕਹਿਓ ਖੇਤ ਬੀਬੀ ਕਿ ਮਤਾਰਾ, ਮਹਾਰਾਜ ਕਹਿੰਦੇ ਖੇ ਪੁੱਤਰੀ ਤੂੰ ਇੰਨਾ ਦੁੱਖ ਕਿਉਂ ਸਹਾ ਰਿਹਾ। ਪਿਤ ਜੀ ਹਮਰੀ ਮਤ ਅਨਜਾਨੀ, ਤਨ ਬੀਬੀ ਦੇ ਹੱਥਾਂ ਸੰਗਤ ਜੀ ਜੀਵਨ ਹੈ, ਇਹ ਪਿਤਾ ਜੀ ਮੇਰੀ ਬੁੱਧੀ ਅਣਜਾਣ ਹੈ ਭੁੱਲਣ ਆ ਰਹੀ ਹੈ। ਹੋਏ ਨਾ ਸਕਹਿ ਸੇਵ ਬਨ ਖਾਨੀ, ਇਹ ਗੁਣਾ ਦੀ ਖਾਨ ਮੇਰੇ ਕੋਲੋਂ ਸੇਵਾ ਤੁਹਾਡੀ ਪੂਰੀ ਨਹੀਂ ਹੋ ਸਕਦੀ। ਨਿਸ ਬਾਸੁਰ ਮੈਂ ਰਹਿਤ ਬਸੂਰਤ, ਮੈਂ ਹਰ ਵੇਲੇ ਝੁਰਦੀ ਰਹਿੰਦੀ ਹਾਂ, ਮੈਂ ਤੁਹਾਡੀ ਸੇਵਾ ਚ ਨਿਪੁੰਨ ਹੋ ਜਾਵਾਂ। ਅਹੋ ਆਪ ਪਰਮੇਸ਼ਰ ਮੂਰਤ, ਤੁਸੀਂ ਮਹਾਰਾਜ ਮੇਰੇ ਪਿਤਾ ਨਹੀਂ ਹੋ, ਤੁਸੀਂ ਤਾਂ ਪਰਮੇਸ਼ਰ ਰੂਪ ਹੋ। ਸਫਲ ਨੇਤਰ ਜੇ ਦਰਸ਼ਨ ਕਰੇ, ਤੁਹਾਡੇ ਦਰਸ਼ਨ ਕਰਕੇ ਜਿਹੜੇ ਨੇਤਰ ਨੇ ਸਫਲੇ ਹੋ ਜਾਂਦੇ ਹਨ। ਕਿਹੜੇ ਗਿਆਨ ਦੇ ਨੇਤਰ ਖੁੱਲ ਜਾਂਦੇ ਹਨ। ਗੁਰੂ ਕੀ ਸ਼ਰਨ ਪਿਆ ਕਰਤਾ ਜੀ ਇੱਥੇ ਆਈਏ ਤਾਂ ਬਰਾਗ ਤੇ ਵਿਵੇਕ ਦੇ ਨੇਤਰ ਖੁੱਲ ਜਾਂਦੇ ਹੈ। ਗੁਰਬਾਣੀ ਸੁਣੀਏ ਤਾਂ ਸੁਰਤੀ ਸਿਮਰਤੀ ਨੇਤਰ ਖੁੱਲ ਜਾਂਦੇ ਹੈ। ਉਸ ਤੋਂ ਬਾਅਦ ਸਤਸੰਗ ਜੀ ਸ਼ਬਦ ਦੇ ਪ੍ਰਭਾਵ ਥੱਲੇ ਆ ਕੇ ਪਰੋਕ ਅਪਰੋਕ ਗਿਆਨ ਦੇ ਨੇਤਰ ਖੁੱਲ ਜਾਂਦੇ ਹੈ। ਰਿਤੇ ਗਿਆਨਾਂ ਨਾਲ ਮੋਗ ਗਿਆਨ ਰੂਪੀ ਨੇਤਰ ਖੁੱਲਿਆਂ ਤੋਂ ਬਿਨਾਂ ਬੰਧਨ ਜੀ ਘੱਟ ਹੁੰਦੇ ਸੰਸਾਰ ਦੇ। ਮਹਾਰਾਜ ਐਸੇ ਨੇਤਰ ਖੋਲਦੇ ਨੇ ਇੱਥੇ ਬੈਠਣ ਵਾਲਿਆਂ ਦੇ। ਹਾਥ ਸਫਲ ਟਹਿਲ ਜੋ ਅਨੁਸਰੇ, ਮਹਾਰਾਜ ਹੱਥ ਵੀ ਉਹਦੇ ਸਫਲੇ ਹਨ ਜਿਹੜਾ ਮਹਾਰਾਜ ਤੁਹਾਡੀ ਸੇਵਾ ਕਰਦਾ ਹੈ। ਹਿਰਦਾ ਸਫਲ ਜਿਸ ਮੈਂ ਤਬ ਬਾਤੋਂ ਵਾਸੋ, ਹਿਰਦਾ ਮਹਾਰਾਜ ਉਹ ਜਿਹੜੇ ਹਿਰਦੇ ਚ ਤੁਸੀਂ ਵਸਦੇ ਹੋ। ਮਹਾਰਾਜ ਗੁਰਸਿੱਖਾਂ ਦੇ ਹਿਰਦੇ ਚ ਵਿਸ਼ੇ ਨਹੀਂ ਵਸਦੇ, ਗੁਰਸਿੱਖਾਂ ਦੇ ਹਿਰਦੇ ਗੁਰੂ ਦਾ ਧਿਆਨ ਵਸਦਾ ਹੈ। ਜਿਹੜੇ ਵਿਸ਼ੇ ਦੇ ਸਤਸੰਗ ਜੀ ਥੱਲੇ ਫੈਰ ਕਰ ਦੀਏ, ਕੀ ਪੰਛੀ ਕੋਈ ਬੈਠਾ ਹੈ ਜੀ ਹੋਰ ਵਿਸ਼ੇ ਦੇ ਉੱਤੇ? ਇਸੇ ਤਰ੍ਹਾਂ ਜਿੱਥੇ ਖਾਲਸਾ ਜੀ ਆ ਕੀਰਤਨ ਦੀਆਂ ਧੁਨੀਆਂ, ਜਿੱਥੇ ਗੁਰੂ ਕੇ ਸਿੱਖ ਦੇ ਅੰਦਰ ਸਿਮਰਨ ਗਰਜਦਾ ਹੈ,
ਉੱਥੇ ਕਾਮ ਕ੍ਰੋਧ ਪੰਛੀ ਜਿਹੜੇ ਨੇ ਲੋਕਾਂ ਨੂੰ ਤਬਾਹ ਕਰਨ ਵਾਲੇ ਉਡਾਰੀਆਂ ਮਾਰ ਕੇ ਚਲੇ ਜਾਂਦੇ ਹਨ। ਚਰਨ ਸਫਲ ਤੁਮ ਹਿਤ ਚਲ ਜਾਸੋ, ਜਿਹੜਾ ਮਹਾਰਾਜ ਸਾਡੇ ਚਰਨਾਂ ਚ ਜਾਣੇ ਚਰ ਕੇ ਸਫਲ ਚਰਨ ਪ੍ਰਦਖਣਾ ਕਰਨ ਗਏ, ਚਰਨ ਤਾਂ ਸਫਲੇ ਨੇ ਜੇ ਮਹਾਰਾਜ ਤੁਹਾਡੀ ਪ੍ਰਕਰਮਾ ਕਰੀਏ, ਤੀਰਥ ਯਾਤਰਾ ਕਰੀਏ, ਹੱਥ ਤਾਂ ਸਫਲੇ ਨੇ ਸੰਗਤ ਦੀ ਸੇਵਾ ਕਰੀਏ, ਨੇਤਰ ਤਾਂ ਸਫਲੇ ਨੇ ਜੇ ਸੰਗਤ ਦੇ ਦਰਸ਼ਨ ਕਰੀਏ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹੋ ਜਿਹੇ ਨੇਤਰ ਬਣਾ ਦਈਏ। ਸਕਲ ਸਰੀਰ ਸਫਲ ਵੱਡ ਭਾਗੇ, ਉਹ ਵੱਡੇ ਭਾਗਾਂ ਵਾਲੇ ਨੇ ਗੁਰਸਿੱਖ ਜਿਹਨਾਂ ਦੇ ਇੰਦਰੇ ਵੀ ਸਤਸੰਗੀ ਸਫਲੇ ਔਰ ਸਰੀਰ ਵੀ ਸਫਲਾ ਹੈ। ਜੋ ਰਾਵਣ ਕੀ ਸੇਵਾ ਲਾਗੇ, ਬੀਬੀ ਭਾਨੀ ਕਹਿੰਦੀ ਮਹਾਰਾਜ ਜੋ ਤੁਹਾਡੀ ਸੇਵਾ ਚ ਆ ਕੇ ਲੱਗ ਗਿਆ ਨਾ ਉਹਦਾ ਜਨਮ ਸਫਲਾ ਹੋ ਗਿਆ। ਸੁਣ ਤਨ ਜਾ ਕੇ ਬਚਨ ਸੁਹਾਏ, ਭਾਵਨ ਭਾਵਨਾ ਵਾਲੇ ਸੋਭਨੀਕ ਬਚਨ ਆਪਣੇ ਪੁੱਤਰੀ ਦੇ ਸੁਣ ਕੇ, ਪਿਖ ਦੁਸ਼ਕਰਮ ਕੀਨ ਜਿਸ ਭਾਏ, ਦੇਖਿਆ ਕਿ ਅਸੀਂ ਬੜਾ ਕਸ਼ਟ ਕੀਤਾ, ਅਸੀਂ ਚੌਂਕੀ ਤੇ ਬੈਠੇ ਰਹੇ, ਇਹ ਥੱਲੇ ਹੱਥ ਦੇ ਹੀ ਬੈਠੀ ਰਹੀ ਆ, ਖੂਨ ਨਿਕਲਦਾ ਰਿਹਾ, ਪਰਵਾਹ ਨਹੀਂ ਕੀਤੀ, ਐਸੀ ਸੇਵਾ ਦੇਖ ਕੇ ਮਹਾਰਾਜ ਹੋਏ ਪ੍ਰਸੰਨ ਵਰ ਦਇਓ ਸੁਜਾਨਾ, ਅੰਤਰਜਾਮੀ ਸਤਿਗੁਰਾਂ ਪ੍ਰਸੰਨ ਹੋ ਕੇ ਬੀਬੀ ਭਾਨੀ ਨੂੰ ਵਰ ਦਿੱਤਾ ਖਾਲਸਾ ਜੀ, ਸੰਤਤ ਤੇਰੀ ਬਦੈ ਮਹਾਨਾ, ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬੀ ਤੇਰੀ ਬੰਸ ਬੜੀ ਵਧੇਗੀ, ਸੋਟ ਬੰਸ, ਸਕਲ ਜਗਤ ਕੀ ਹੋਵੇ ਹੈ ਪੂਜ, ਸਾਰਾ ਜਗਤ ਸੋਟ ਬੰਸ ਨੂੰ ਤੇਰੇ ਪੁੱਤਰਾਂ ਨੂੰ ਪੂਜਿਆ ਕਰੇਗਾ। ਜੈਸੋ ਚੜ੍ਹੇ ਚੰਦਰਮਾ ਦੂਜ, ਜਿਵੇਂ ਸਾਰੀ ਦੁਨੀਆਂ ਚੰਦਰਮਾ ਤਾਂ ਸਾਰੇ ਹੀ ਦੇਖਦੇ ਆ, ਸਾਰੇ ਇੱਕ ਰੰਗ ਹੀ ਹੈ, ਅੱਜ ਦੂਜ ਦੇ ਚੰਦਰਾਂ ਨੂੰ ਬੜੇ ਫਤਿਹ ਬੁਲਾਉਂਦੇ ਨੇ ਸਾਰੇ, ਉਹ ਕਿਉਂ, ਉਹ ਕਣਕ ਤੋਂ ਬਿਨਾਂ ਹੁੰਦਾ ਖਾਲਸਾ ਜੀ, ਚੰਦਰਮਾ ਵਿੱਚ ਕਣਕ ਦੇਖਦੇ ਕਿ ਨਹੀਂ, ਦੂਜ ਦਾ ਚੰਦਰਮਾ ਬਿਲਕੁਲ ਸੁੱਖ ਕਿਨਾਰਾ ਹੁੰਦਾ, ਉਸ ਨੂੰ ਸਾਰੇ ਨਮਸਕਾਰਾਂ ਕਰਦੇ, ਪ੍ਰਾਤਨ ਸਮੇਂ ਤੋਂ ਚੱਲਿਆ ਆ ਰਿਹਾ, ਅੱਜ ਤਾਂ ਅਸੀਂ ਕਥਾ ਹੀ ਇਹੀ ਕਰਦੇ ਹਾਂ ਜੀ, ਇਹ ਮਨ ਮਤ ਹੈ, ਹਿੰਦੂ ਮਤ ਹੈ ਜੀ, ਨਮਸਕਾਰ ਨਹੀਂ ਕਰਨੀ, ਆਹ ਕੋਈ ਸਤਸੰਗ ਜੀ ਬਾਤ ਹੈ, ਭੋਜਨ ਛਕਣ ਵੇਲੇ ਜਾਂ ਬਣਾਉਣ ਵੇਲੇ ਆਹ ਬੀਬੀ ਅੱਗੇ ਪੇੜਾ ਕੱਢਦੀਆਂ ਹੁੰਦੀਆਂ, ਮੂਹਰਿਓਂ ਪੇੜਾ ਚੱਕ ਕੇ ਇੱਕ ਪਕਾਉਣ ਵੇਲੇ ਪਿੱਛੇ ਲਾ ਦੇਣਾ, ਕਹਿੰਦੇ ਜੀ ਇਹ ਹਿੰਦੂ ਮਤ ਹੈ। ਜੇਕਰ ਉਹ ਬੀਬੀਆਂ ਧਾਰਮਿਕ ਮਾਇੰਡ ਸਨ, ਉਹਨਾਂ ਨੂੰ ਪਤਾ ਸੀ ਹੇ ਵਾਹਰ ਵਾਹਿਗੁਰੂ ਆਹ ਭੋਜਨ ਤੇਰੇ ਨੇ ਵਿੱਚ ਕੱਢਦੇ ਹਾਂ, ਆਹ ਜਿਹੜਾ ਭੋਜਨ ਮੈਂ ਪਕਾਵਾਂਗੀ ਮੇਰੇ ਬੱਚਿਆਂ ਦੇ ਸਫਲ ਹੋਵੇ, ਇਹ ਨੁਕਸਾਨ ਨਾ ਕਰੇ, ਅਰਦਾਸ ਕਰਦੀਆਂ ਸੀ ਭਾਵਨਾ ਦੇ ਨਾਲ। ਉਹ ਪੇੜਾ ਪਕਾਉਂਦੀਆਂ ਕਿਉਂ ਨਹੀਂ ਸੀ, ਕੀ ਪਤਾ ਬੱਚਾ ਖੇਡਦਾ ਖੇਡਦਾ ਕਿਹੜਾ ਭੋਜਨ ਲਾ ਕੇ ਸਾਬੇ ਚੱਕ ਲੈਂਦਾ, ਉਹ ਸਤਸੰਗ ਜੀ ਪਿੱਛੇ ਲਾ ਲੈਂਦੀਆਂ, ਜਦੋਂ ਕਿਤੇ ਆਵਾਜ਼ ਆਉਂਦੀ ਵੀ ਕੋਈ ਸਾਧੂ ਆ ਰਿਹਾ ਭਿੱਖਿਆ ਵਾਲਾ, ਉਸ ਵੇਲੇ ਛੇਤੀ ਦੇ ਨੇ ਪਕਾ ਕੇ ਉਹਨੂੰ ਸਿਖਾ ਦੇਣਾ ਪਰਮੇਸ਼ਰ ਦੇ ਨਿਮਿੱਤ। ਅੱਗੇ ਸਤਸੰਗ ਜੀ ਆਹ ਦੇਖੋ ਅੰਮ੍ਰਿਤਮਈ ਦੇਗ ਹੈ, ਇਹ ਵਰਤਾਰਾ ਵਰਤਦਾ, ਅੱਗੇ ਸਤਸੰਗ ਜੀ ਜਲ ਨੂੰ ਵੀ ਦਿਆ ਕਰਦੇ। ਅੱਜ ਅਸੀਂ ਕਹਿੰਦੇ ਹਾਂ ਪੁਰਾਣੇ ਸਿੱਖ ਜਲ ਦਾ ਪੂਜਨ ਕਰਦੇ ਸੀ, ਦੇਖੋ ਜੀ ਕਿੰਨੇ ਮਨਮਤੀਏ ਸੀ, ਕਿੰਨੀ ਸਤਸੰਗ ਜੀ ਪੁੱਠੀ ਸਿੱਖਿਆ ਹੈ। ਵਰਨ ਦੇਵਤਾ ਵਿਆਸਾ ਦਰਿਆ ਵਿੱਚੋਂ ਮਹਾਰਾਜ ਦੇ ਚਰਨਾਂ 'ਚ ਆਇਆ, ਮਹਾਰਾਜ ਮੈਂ ਤੁਹਾਡੇ ਗੁਆਂਢ ਵਸਦਾ, ਕਿਰਪਾ ਦ੍ਰਿਸ਼ਟੀ ਕਰੋ, ਜਿੱਥੇ ਸਿੱਖ ਬਰੋਂ ਸੌਂਦੇ ਨੇ ਮੈਂ ਵੀ ਮਹਾਰਾਜ ਦੇਵਤਾ, ਮੈਂ ਉਹੀ ਹਾਂ ਮਹਾਰਾਜ, ਆਪ ਤੋਂ ਅੰਤਰਜਾਮੀ ਸਭ ਜਾਣਦੇ ਹੋ, ਸੱਚਖੰਡ ਜਾਣ ਦਾ ਸੁਨੇਹਾ ਗੁਰੂ ਨਾਨਕ ਰੂਪ ਜਦੋਂ ਤੁਸੀਂ ਧਾਰਿਆ ਸੀ ਮੈਂ ਹੀ ਲੈ ਕੇ ਆਇਆ ਸੀ, ਕਿਰਪਾ ਦ੍ਰਿਸ਼ਟੀ ਕਰੋ ਮਹਾਰਾਜ, ਅੱਜ ਆ ਕਣਕਾ ਪ੍ਰਸ਼ਾਦ ਦਾ ਸਿੱਖਾਂ ਨੂੰ ਦਿੰਦਾ, ਮੈਨੂੰ ਵੀ ਗਰੀਬ ਨੂੰ ਦੇ ਦਿਆ ਕਰੋ। ਇਹ ਦੱਸੋ ਵੀ ਜਾਚਕ ਬਣ ਕੇ ਜਿਹੜਾ ਆਇਆ ਉਸ ਨੂੰ ਦਿੱਤਾ ਉਹਦਾ ਪੂਜਨ ਕੀਤਾ? ਸੋ ਖਾਲਸਾ ਜੀ ਪੁਰਾਤਨ ਸਮੇਂ ਤੋਂ ਸੀ ਜਲ ਨੂੰ ਜਿਸ ਵੇਲੇ ਵਰਤਾਉਣ ਲੱਗਣਾ ਪੰਜ ਪਿਆਰਾਂ ਦਾ ਕੱਢ ਕੇ ਵਰਤਾ ਕੇ ਉਸ ਤੋਂ ਬਾਅਦ ਵਰਤਾਉਣ ਲੱਗੀਦਾ ਸੀ ਨਾ, ਜਦੋਂ ਪਹਿਲਾਂ ਵਰਤਾਵਾ ਸਿਆਣੇ ਦੇ ਨਾ ਭਾਈ ਕਿਣਕਾ ਜਲ ਵਿੱਚ ਪਾ ਦੇ, ਉਦੋਂ ਬਾਅਦ ਕੋਈ ਸ਼ੱਕ ਨਹੀਂ, ਇਹ ਮਰਿਆਦਾ ਚਲੀ ਆ ਰਹੀ ਸੀ। ਅੱਜ ਅਸੀਂ ਕਥਾ ਖਾਲਸਾ ਜੀ ਨੂੰ ਖੰਡਨ ਕਰਦੇ, ਇਹੀ ਕਥਾ ਸਾਡੇ ਪੱਲੇ ਰਹਿ ਗਈਆਂ ਗੱਲਾਂ ਜੀ। ਤੋ ਖਾਲਸਾ ਜੀ ਇੱਕ ਤਾਂ ਅਸੀਂ ਨੂੰ ਦੁੱਖਾਂ ਦੇ ਭਰੇ ਪਏ ਹੈ ਕਲਯੁਗੀ ਜੀਵ, ਇਹ ਕਈਆਂ ਜਿਹੀਆਂ ਸ਼ੰਕਾ ਪਾ ਕੇ ਵਕਤੇ ਲੋਕ ਸਾਨੂੰ ਸਤਸੰਗ ਜੀ ਹੋਰ ਵੀ ਗਰਕ ਕਰੀ ਜਾਂਦੇ ਹਨ। ਸਤਿਗੁਰੂ ਸਭਨਾ ਦਾ ਭਰਾ ਮਨਾਏ ਦਾ ਇੱਥੇ ਦਾ ਰਾਖਸ਼ਾਸਨ ਖਾਲਸਾ ਜੀ ਉਹਦਾ ਵੀ ਭਰਾ ਮਾਰਾ ਲੋਚਦੇ ਹਨ, ਤੇ ਜੇ ਕੋਈ ਦੇਵਤਾ ਆਇਆ ਹੈ ਉਹਦਾ ਪੂਜਨ ਨਹੀਂ ਹੈ, ਉਹ ਜਾਚਕ ਬਣ ਕੇ ਆਇਆ ਖਾਲਸਾ ਜੀ। ਸੋ ਆਪ ਜੀ ਸਿੱਖਿਆ ਦੇਖ ਕੇ ਸਤਸੰਗ ਜੀ ਬੀਬੀ ਨੂੰ
ਬੰਦੇ ਰਹੇ ਹਨ ਬੀਬੀ ਨਾਨਕੀ ਨੂੰ ਬੜ ਸਵਰਜ ਬਧਾਏ ਤਮ ਅੱਗੇ। ਹਾਂ ਬੀਬੀ ਭਾਨੀ ਨੂੰ ਕਹਿੰਦੇ ਤੇਰੀ ਵਰਸ ਬਹੁਤ ਵਧੇਗੀ ਅੱਗੇ। ਜੋ ਤਿੰਨ ਸੇਵ ਹੈ ਸੋ ਵੱਡ ਭਾਗੇ। ਜਿਹੜਾ ਤੇਰੀ ਵਰਸ ਦੇ ਗੁਰੂਆਂ ਨੂੰ ਸੇਵਨ ਕਰਿਆ ਕਰੇਗਾ, ਉਪਾਸ਼ਨਾ ਉਹਨਾਂ ਦੀ, ਉਹਨੇ ਸ਼ਰਨ ਰਵੇਗਾ, ਉਹ ਵੱਡੇ ਭਾਗਾਂ ਵਾਲੇ ਗੁਰਸਿੱਖ ਹੋਣਗੇ। ਅੱਗੇ ਵੰਸ਼ ਵਿਖੇ ਨਿਪ ਜੈ ਹੈ। ਅੱਗੇ ਤੇਰੀ ਵੰਸ਼ ਵਿੱਚ ਬੜੇ ਮਹਾਭਾਰੀ ਬਲੀ ਪ੍ਰਗਟ ਹੋਣਗੇ। ਮਹਾਬਲੀ ਸੇ ਜਗ ਮਹਿ ਹੈ। ਮਹਾਬਲੀ ਪਤਾ ਸੀ ਗੁਰੂ ਅਮਰਦਾਸ ਜੀ ਨੂੰ ਕਿ ਗੁਰੂ ਅਮਰ ਅੰਗਦ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਸਤਿਸੰਗ ਜੀ ਪ੍ਰਗਟ ਹੋਣਾ ਹੈ, ਐਸੇ ਸਤਿਗੁਰੂ ਜੀ ਦਾ ਪਤਾ ਸੀ। ਸ਼ਸਤਰ ਗਹਿ ਦੁਸ਼ਟਨ ਕੋ ਘਾਵ ਹੈ। ਬੀਬੀ ਤੇਰੇ ਜਿਹੜੇ ਪੁੱਤ ਪੋਤੇ ਹੋਣਗੇ ਸ਼ਸਤਰ ਪਕੜਨਗੇ ਔਰ ਜਿੰਨੇ ਬੈਰੀ ਲੋਕ ਨੇ ਉਹਨਾਂ ਨੂੰ ਫਨਾ ਕਰ ਦੇਣਗੇ। ਆਪਣੋ ਅਧਿਕ ਪ੍ਰਤਾਪ ਵਧਾਵਹੇ। ਆਪਣਾ ਬੜਾ ਭਾਰੀ ਪ੍ਰਤਾਪ ਵਧੇਗਾ। ਧਰ ਪਰਮ ਧਰਮ ਪੀਰੀ ਅਰ ਮੀਰੀ। ਔਰ ਨਾਲ ਹੀ ਬੀਬੀ ਪੰਜ ਸਰੂਪਾਂ ਤੱਕ ਤੇਰੇ ਪੁੱਤਰ ਤੱਕ ਪੀਰੀ ਰਹੇਗੀ, ਮੀਰੀ ਪੀਰੀ ਰਹੇਗੀ, ਫਿਰ ਮੀਰੀ ਵੀ ਆਵੇਗੀ ਤਖ਼ਤ ਦੇ ਉੱਤੇ। ਹਰਗੋਬਿੰਦ ਬੈਠਾ ਗੁਰ ਭਾਰੀ, ਮੀਰੀ ਪੀਰੀ ਦੀਆਂ ਦੋਨੋਂ ਥਰੀ ਥਾਪਾਂ ਪਹਿਨ ਕੇ ਆਪ ਜੀ ਬੈਠਣਗੇ। ਤਰਹਿ ਆਪ ਤੇ ਅਪਰਤ ਗੀਰੀ। ਹੋਰ ਜਿਹੜੀ ਪਹਿਲੀ ਮਰਜ਼ਾਦਾ ਉਹ ਤਿਆਗ ਦੇਣਗੇ। ਪਹਿਲਾਂ ਕੀ ਸੀ ਸਤ ਸੰਗਤ ਜੀ, ਪੰਜ ਪੈਸੇ, ਨਾਰੀਅਲ ਤੇ ਇੱਕ ਕਾਲਾ ਧਾਗਾ। ਅੱਜ ਉਹ ਜਿਹੜੀ ਮਰਜ਼ਾਦਾ ਅੱਜ ਉਦਾਸੀਆਂ ਦੇ ਭੇਖ ਵਿੱਚ ਸਤਿਸੰਗ ਜੀ ਪ੍ਰਗਟ ਹੀ ਹੈ। ਨਾਲ ਹੀ ਮਹਾਰਾਜ ਨੇ ਜਿਸ ਵੇਲੇ ਜੋਤੀ ਜੋਤ ਸਮਾਏ ਵੀ ਜਨ ਜੈਸੇ ਗੁਰਮੁਖ ਪੰਜੇ ਸਰ ਕੋਲ ਜੇਠਾ ਪੁਰਾਣਾ ਲਗਾ, ਕਹਿੰਦੇ ਛੇਵੇਂ ਪੰਜਵੇਂ ਪਾਤਸ਼ਾਹ ਨੇ ਕਿਹਾ ਲਾਹੌਰ ਇਹਨਾਂ ਨੂੰ ਵਿਦਿਆ ਹੋਣ ਲੱਗਿਆ ਨੂੰ, ਕਹਿੰਦੇ ਭਾਈ ਸਾਹਿਬਜ਼ਾਦੇ ਨੂੰ ਕਹਿਣਾ ਕਿ ਸ਼ਸਤਰਧਾਰੀ ਹੋਣਾ ਹੈ। ਉਹ ਆਗਿਆ ਜਿਹੜੀ ਸਤਿਸੰਗ ਜੀ ਦਿੱਤੀ ਸੀ, ਸਾਰੇ ਗੁਰਸਿੱਖਾਂ ਨਿਵੇਦਨ ਕੀਤੀ। ਬਾਬਾ ਬੁੱਢਾ ਜੀ ਨੇ ਤਿਲਕ ਦੇਣਾ ਸੀ ਛੇਵੇਂ ਪਾਤਸ਼ਾਹ, ਕਹਿੰਦੇ ਬਾਬਾ ਜੀ ਇਹਨੂੰ ਤੋਸ਼ੇ ਖਾਨੇ 'ਚ ਰੱਖ ਦਿਓ ਧਾਗੇ ਨੂੰ, ਨਾਲੇ ਰੋਡ ਨੂੰ ਸ਼੍ਰੀ ਸਾਹਿਬਾਂ ਲਿਆਓ। ਸ਼੍ਰੀ ਸਾਹਿਬ ਬਾਬਾ ਜੀ ਨੇ ਕਿਹੜਾ ਕਦੇ ਪਾਈ ਸੀ, ਉਹ ਖਾਤਮ ਜੀ ਉਹ ਦੂਜੇ ਪਾਸੇ ਨੂੰ ਪਾ ਦਿੱਤੀ ਖੱਬੇ ਦੇ ਸੱਜੇ ਨੂੰ। ਜੋ ਬ੍ਰਹਮ ਬੇਤਾ ਕਰਦਾ ਉਹ ਠੀਕ ਕਰਦਾ ਹੈ। ਜੋ ਨਾਉਣ ਲੱਗੇ ਕਿਹਾ ਨਾ ਦੂਜੇ ਪਾਸੇ ਪਾਉਣੀ ਸੀ, ਕਹਿੰਦੇ ਨਾ ਨਾ ਜੋ ਤੁਸੀਂ ਕੀਤਾ ਸੱਤ ਹੈ, ਹੋਰ ਲਿਆਓ ਸ਼੍ਰੀ ਸਾਹਿਬ, ਹੋਰ ਲਿਆ ਕੇ ਫਿਰ ਦੂਜੇ ਪਾਸੇ ਨੂੰ। ਕਹਿੰਦੇ ਮਹਾਰਾਜ ਕਹਿੰਦੇ ਅੱਛਾ ਬਾਬਾ ਜੀ ਆਹ ਪੀਰੀ ਦੀ ਹੈ, ਆਹ ਮੀਰੀ ਦੀ ਹੈ, ਦੋਨੇ ਸ਼੍ਰੀ ਸਿਵਾਂ ਸਤਿ ਮੀਰੀ ਪੀਰੀ ਦੇ ਮਾਲਕ। ਆਪਾਂ ਅੱਜ ਵੀ ਛੇਵੇਂ ਪਾਤਸ਼ਾਹ ਨੂੰ ਕਹਿੰਦੇ, ਕਦੇ ਪੰਜਵੇਂ ਪਾਤਸ਼ਾਹ ਨੂੰ ਤਾਂ ਨਹੀਂ ਕਿਹਾ ਹੈ। ਸੋ ਹੈ ਉਹੀ ਸਰੂਪ, ਲੇਕਿਨ ਅੱਜ ਗੁਰੂ ਅਮਰਦਾਸ ਜੀ ਦੇ ਬੀਬੀ ਭਾਨੀ ਨੂੰ ਵਰ ਦੇਣਗੇ ਕਿ ਮੀਰੀ ਪੀਰੀ ਦੇ ਮਾਲਕ ਹੋਣਗੇ ਤੇਰੇ ਪੁੱਤ ਪੋਤੇ। ਚਲੋ ਸਤਿਸੰਗ ਜੀ ਸਮਾਂ ਸੰਪੂਰਨ ਹੋਇਆ, ਜਿਵੇਂ ਅੱਗੇ ਮਾਤਾ ਵਰ ਦੇ ਰਹੇ ਨੇ ਬੀਬੀ ਨੂੰ ਔਰ ਕਥਾ ਆ ਰਹੀ ਹੈ, ਉਹ ਆਪਾਂ ਕਰਨ ਸਤਿਸੰਗ ਜੀ ਵਿਚਾਰਾਂਗੇ। ਉਹਨਾਂ ਚੁੱਕਾਂ ਮਾਫ ਕਰਨੀਆਂ, ਇੱਥੇ ਵਿਸਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੰਦਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਦਾ ਬਣਿਆਈਆਂ ਪ੍ਰਭੂ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕਾਰਜ ਸਭ ਸਵਾਰਨਾ ਸਭ ਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਹਰ ਨਾਨਕ ਮਨ ਮੇਰੇ ਸਲਾਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ।